नंबर ला गया भाजा नहा धो के टोपी टापी ला ली सिर ते टी शर्ट बदला तेरा रोज लावा उन्हें फिर लाल जी पा लीना है लाल बड़ा पसंद है ना टोपी ते लाल रंग टी शर्ट भी टी शर्ट है ही लाल पजामे लाल लावा है चलो कोई गल नहीं लो भी मैं तरवाई का व्लॉग नवे दिन की शुरुआत कर चुके हैं बहुत ज्यादा मीह पैन डे करके अं आलू परौंठे खाने लगे हैं आलू वाले परौंठे ऑफर पे कितना ही है अं चाह पीने लगे हैं भाजन गया मैं चाह पीने आप मैं मुकर मैं उस वे मैं एडा सोना मौसम जिम जिम छाने इन्हें मैंने आगे पूछा मैं इन्हू मैं चाह बना लिया माता ने कहते चाह बना दूंगी माता चाह बना लगे तो माता कहती आलू वाले परौंठे खाने हैं इन्हें आगे मैंने पूछा मन बेईमान हो गया उस वे आलू वाले परौंठे चक्कर में सू हो कम पै गया ना एक काम यह पै गया जवाक होना बना इधर ही हम बच्चे देखभाल करनी पूरे 15-20 मिनट है बस फिर इन्हू ना देना परवा देना वा माता ने कहना वो तेरे को सामने इधर लिया जिदा घर अपना सुन दें निके लैके नहीं खाना मित्रा गुड मॉर्निंग ठीक है मित्रो ਪਰੌਂਠਿਆਂ ਲੇਟ ਦੇ ਮੈਂ ਤਾਂ ਦੱਸਦੇ ਹੈ ਪਾਉਂਦਾ ਮੈਂ ਵਿੱਚ ਇੱਕ ਕਲਿੱਪ ਤੁਹਾਡਾ ਵੀ ਜੀ ਕਰੂ ਵੇਖੀ ਹਾਂ ਘਰ ਦੇ ਕਿਦਾਂ ਤੰਗ ਕਰਦੇ ਮਿੱਤਰ ਤਿਆਰ ਜੀ ਆਲੂ ਵਾਲੇ ਪਰੌਂਠੇ ਨਾਲ ਮੱਖਣ ਦੀ ਟਿੱਕੀ ਨਾਲ ਚਾਰ ਨਾਲ ਕਰੇਲੋ ਕਰੇਲੀ ਆ ਪਿਆ ਜੇ ਕੰਮ ਆ ਟਾਈਮ ਜਿਹੜੇ ਬੰਦੇ ਵਲੌਗ ਵੇਖਣਗੇ ਨਾ ਹੋਏ ਹੋਏ ਇਹਦੇ ਮਾੜੀ ਕਿਸਮਤ ਨੂੰ ਦੇਖ ਕੰਮ ਕੁੰਮ ਤੇ ਹੋਏ ਨਾ ਮੌਸਮ ਤੇ ਤੈਨੂੰ ਪਤਾ ਕਿਆ ਫਿਰ ਮੌਸਮ ਦੇ ਇੱਧਰ ਵੇਖਣ ਦੇ ਇੱਧਰ ਓਏ ਹੋਏ ये मौसम जरा वा मोटे मोटे आलू वाले परौंठे पकौड़े वह भुटिया जी खाने वाला गल चाह मौसम गलत है कोई नहीं अंदर रहने वाला वा कोई गल नहीं मित्र नवा छोटा निशान उठे बड़ा निशान सुता है मैं भी मित्रा चाह पानी पी गया चाह का दोहरा गेड़ा ही लाता है क्योंकि मौसम बहुत सोहना है सो अं चले तो माता कहें पुत चाह पीनी तो साढ़े को ना ही नहीं हुई की दसीए ना हुई नहीं है चाह पी गए हम चाह दे नाल चाह दे नाल साडे आ पिनियां लभ गईयां प्रभ दियां ये साडे काबू आ गईयां दो तो कढ ला ज्यादा गर्म हुंदे आ दो तीन दिन बाद च में गल खराब दो तीन दिन खा लईए बस ठीक आ नाल काजू नाल अलसी पता नहीं की आइटम आ ले ला कंजूस दो गया साले माता सामने गया ये बीज पा लो जिहड़ी इक गल करन डिया सी दस दे राजा दस देना दो बज के 15 मिनट हो गए कोई शेड्यूल नहीं आता इतने आगे बहुत ज्यादा लेट हो गए मूंग जोर ना
ਅਸੀਂ ਘਰ ਬਹਿਣੇ ਜਿੰਸਾਂ ਨਹੀਂ ਹੈਗੀਆਂ ਬਿਲਕੁਲ ਵੀ, ਫਿਰ ਨਿਕਲ ਆਏ ਆ ਬਾਹਰ ਨੂੰ। ਚੱਲ ਭਾਈ ਚੱਪਲਾਂ ਲੱਗੀ ਹਨ ਕਿਤੇ, ਧੂਮ ਧੜਾਮਣਾ ਅਜੇ ਕਿਤੇ ਧੂਮ ਧੜਾਮਣਾ ਭਾਂਜੇ ਸੋਹਣੇ ਹੁੰਦੇ। ਮੇਹਾਂ ਨੀ ਲੱਭਣ ਡੀ ਮਿੱਤਰ, ਕੱਢ ਲਈ ਥਾਰ ਯਾਰਾਂ ਨੇ ਅੱਜ ਅੱਜ ਧੰਨੋ ਰਾਣੀ ਤਾਂ ਕੱਢੀ ਹੈ ਕਿ ਇੱਥੇ ਜਿੱਥੇ ਮਰਜ਼ੀ ਇਹਨੂੰ ਵੜ ਜਾਣਾ, ਇਹਨੂੰ ਕੋਈ ਪਰਵਾਹ ਨਹੀਂ। ਉੱਚੀ ਅਸੀਂ ਬਹੁਤ ਕਰਾਤੀ, ਸਿਰਫ 4 ਇੰਚ ਲਿਫਟ ਕੱਢਦੀ ਹੁਣ ਆਪਾਂ ਲਵਾਉਣੀ ਆ, ਬਾਕੀ ਉੱਦਾਂ ਵੀ 2-2 ਇੰਚ ਅਸੀਂ ਚੁਕਾਈ ਸੀ ਪਹਿਲਾਂ ਸ਼ੋਕਰਾਂ ਦੇ, ਪਰ ਹੁਣ 4 ਇੰਚ ਦੀ ਲਿਫਟ ਕਿੱਟ ਆਪਣੀ ਆ ਜਾਣੀ ਆ, ਅਤੇ ਫਿਰ ਆਪਾਂ ਕਾਹਨੂੰ ਗੱਲਾਂ ਕਰਾ ਦਿੰਦੇ ਹਾਂ। ਹਜੇ ਵੀ ਨਹੀਂ ਦੱਬਦੀ ਇਹ, ਜਿੱਥੇ ਮਰਜ਼ੀ ਇਹਨੂੰ ਵਾੜਦੀ, ਕੋਈ ਚੱਕਰ ਵਾਲੀ ਗੱਲ ਨਹੀਂ ਆ। ਅਤੇ ਚੱਲਦੇ ਹਾਂ ਫਲੈਟ 'ਚ ਨਹਾ ਧੋ ਕੇ, ਫਿਰ ਚੱਲਦੇ ਹਾਂ ਗੁਰੂ ਮਹਾਰਾਜ ਦਰਸ਼ਨ ਮਿਲੇ ਕਰਦੇ ਹਾਂ। ਅਤੇ ਪਹਿਲਾਂ ਲਵੇ ਨੇ ਕੀ ਮਾਹੌਲ ਬੰਦਾ, ਜਦੋਂ ਜਦੋਂ ਨਿਸ਼ਾਨ ਉੱਠਦਾ ਜਦੋਂ ਅਸੀਂ ਬਹੁਤ ਸਾਰੇ ਕੰਮ ਕਰਦੇ। ਇੱਧਰ ਵੇ ਸਹੀ, ਇੱਧਰ ਕਿਹੜੀ ਚੀਜ਼ ਵੇਖਣ ਵਾਲੀ, ਉਹ ਵੇਖਦੇ ਇੱਧਰ ਵੇ, ਔਖਾ ਹੋਇਆ ਪਿਆ ਨਾ ਕੰਮ ਹੈਂ। ਆਪਣੀ ਧੰਨੋ ਰਾਣੀ ਜਾਂਦੀ ਆ ਮਜ਼ੇ 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 ਮਜ਼ੇ, ਕਿਆ ਬਾਤ ਹੈ। ਧੰਨੋ ਧੰਨੋ, ਚੱਲ ਚੱਲ ਪੁੱਤ ਚੱਲ, ਇੱਥੇ ਬੜਾ ਹੀ ਮਾਣ ਹੀ ਇਹਨੂੰ, ਕਿਤੇ ਮਾਂ ਨਾ ਤੋੜ ਦੀ ਸਾਡਾ ਹੈਂ। ਆ ਤੇਰਾ ਭਲਾ ਜੇ ਤੇਰਾ, 5000 ਨਹਾਈਏ ਮੀਂਹ ਚੱਜ ਤੇ ਨਹਾਈਏ ਸਾਲਿਆ, ਏਦਾਂ ਨੀ ਨਾ। ਪਹਿਲਾਂ ਆਪਾਂ ਗੁਰੂ ਮਹਾਰਾਜ ਦਰਸ਼ਨ ਮਿਲੇ ਕਰ ਆਈਏ, ਫਿਰ ਇੱਧਰ ਵੇਖ ਯਾਰ, ਨੁਕਸਾਨ ਬੜਾ ਹੁੰਦਾ ਗੱਡੇ ਗੁੱਡੇ ਦਾ ਨਾ ਯਾਰ। ਬੰਪਰ ਖੁੱਲੀ ਜਾਣ ਡਿਆ, ਲੱਕੀ ਦਾ ਫੋਨ ਆਇਆ ਮੈਨੂੰ ਮੈਸੇਜ ਆਉਣ ਡਿਆ, ਕਹਿੰਦਾ ਬੰਪਰ ਖੁੱਲ ਗਿਆ। ਉਹਨੂੰ ਕਹਿ ਦੋ ਕਿ ਇੱਧਰ ਆ ਜਾ, ਕਿੱਧਰ ਵੀ ਪਿਆ ਬੰਪਰ ਉਹ ਲੈ ਜਾ। ਜਿਹੜਾ ਰਾਜ ਵੇਖ ਕੇ ਆਇਆ ਪਹਿਲੇ ਵੇਖਿਆ ਤਾਂ ਅਸਲ ਦੇ ਵਿੱਚ ਨਾ, ਗਈ ਮੈਂ ਪੜਨ ਡਿਆ ਸੀ ਸਰਕਾਰ ਦੀ, ਇੱਥੇ ਕੋਈ ਗਲਤੀ ਨਹੀਂ, ਪਾਣੀ ਆ ਹੀ ਬੜਾ ਗਿਆ ਪਿੱਛੋਂ ਬਹੁਤ ਜ਼ਿਆਦਾ ਪਾਣੀ ਆ ਗਿਆ ਨਾ, ਤਾਂ ਕਰਕੇ ਜੱਟ ਭਰਾ ਆਪਣੇ ਲੱਗੇ ਵਾ, ਜਿਹੜਾ ਬੰਨ ਬੁਨ ਟੁੱਟਦਾ ਚੱਲ ਮਾੜਾ ਮੋਟਾ ਕਵਰ ਕਰਦੇ ਨਾ, ਨੁਕਸਾਨ ਹੋਣਾ ਹੀ ਹੋਣਾ। ਇਹ ਤੋਂ ਬਾਅਦ ਜਦੋਂ ਮੀਂਹ ਰੁਕਦਾ ਨੀ ਨਾ, ਜਦ ਬੰਨ ਵੀ ਲੱਗਣੇ ਨੀ ਆ, ਜਿੰਨਾ ਚਿਰ ਮੀਂਹ ਨਹੀਂ ਰੁਕਦਾ ਉਨਾ ਚਿਰ ਕੁਝ ਵੀ ਨਹੀਂ ਹੋਣਾ, ਕਿਉਂਕਿ ਪਾਣੀ ਪਿੱਛੇ ਚੜ ਚੜਾਈ ਜਾਂਦਾ ਵਾ, ਚੱਕਰਾ ਪੈਣ ਡਿਆ। ਵੇਖਿਆ ਕੱਲ ਖਰੜ ਡਿੱਗੀ ਜਿਹੜੀ, ਤਿੰਨ ਮੰਜ਼ਿਲੀ ਸੀ ਬਿਲਡਿੰਗ, ਤੇਰੇ ਸਾਹਮਣੇ ਕੈਮਰੇ 'ਚ ਕੈਦ ਕੀਤੀ ਰਹਿੰਦੇ ਆ। ਜਿਹੜਾ ਉਹਨੇ ਵਿਖਾਇਆ ਹੈ ਆਪਾਂ ਨੂੰ ਹੈਰੀ ਨੇ, ਜਿਹੜਾ ਉਹ ਏ ਟੀ ਐਮ ਸਾਰਾ ਡਿੱਪਿਆ ਪਿਛਾਂ ਦੀ ਪਿਛਾਂ ਹੀ, ਬਹੁਤ ਜ਼ਿਆਦਾ ਨੁਕਸਾਨ ਹੋਣ ਡਿਆ ਗੁਰੂ। ਮਿੱਤਰ ਪਹੁੰਚ ਗਏ ਮੁੰਡੇ ਫਲੈਟ ਤੇ, ਨਹਾ ਧੋ ਕੇ ਤਿਆਰ ਹੋ ਕੇ ਨਿਕਲ ਗਏ ਹੁਣ। ਤੇਰਾ ਭਲਾ ਜੇ ਭਾਂਜੇ ਬਦਲਾ ਵੇ, ਬਦਲਾ ਵੀ ਤੈਨੂੰ ਕੱਲ੍ਹ ਨੇ ਕੱਪੜੇ ਲੈ ਦਿੱਤੇ, ਜਮ ਨਹੀਂ ਪਾਉਂਦਾ ਨਾ ਲੈਣ ਡਿਆ ਹੈਂ ਜੀ। ਉਹ ਇੱਦਾਂ ਨਹੀਂ ਨਾ ਪਾਉਣ ਵਾਲੇ ਕੱਪੜੇ ਖਰਾਬ ਹੋ ਜਾਂਦੇ, ਕਿਹੜਾ 300-300 ਵਾਲੀਆਂ ਯੈਸ ਕਿਹੜੇ ਇਹ ਰੱਖ ਲਾਲੇ, ਆਪਾਂ ਚੜ੍ਹ ਜਾ ਕਰਾਂਗੇ। ਪਰ ਇਹ ਆ ਕਿ ਜਿੱਦਾਂ ਸੋਢੀ ਹੋਇਆ ਨਿਸ਼ਾਨ ਆਇਆ, ਉਹਨੂੰ ਚੜਿਆ ਨਹੀਂ ਜਾਏਗਾ ਆਪਾਂ, ਇਹ ਤਾਂ ਹਿਸਾਬ ਲਾਣਾ। ਪਰ ਮੀਂਹ ਤਾਂ ਲੱਗਦੀ ਹੈ ਕਿ ਟਾਇਰ ਵੱਡੇ ਪੈ ਗਏ ਆ, ਹੋਰ ਨਹੀਂ ਗੱਲ ਕੋਈ। ਇੱਧਰੋਂ ਕਿਹੜਾ ਤੇ ਟਾਇਰ ਦਾ ਡਿਜ਼ਾਈਨ ਤਾਂ ਪਹਿਲਾਂ ਵੀ ਆਇਆ, ਪਰ ਟਾਇਰ ਇੰਨਾ ਵੱਡਾ ਕਿਹੜਾ, ਨਹੀਂ ਨਹੀਂ ਡਿਜ਼ਾਈਨ ਤਾਂ ਪਹਿਲਾਂ ਨਹੀਂ, ਇਹ ਟਾਇਰਾਂ ਸਾਰਿਆਂ ਨੇ ਆਉਂਦੇ ਆ ਜੀ, ਜਿਹੜੇ ਆਪਣੇ ਟਾਇਰ ਆਉਂਦੇ ਗੁੱਟੀ ਦਾ ਸਾਰਿਆਂ ਨੇ ਡਿਜ਼ਾਈਨ ਆਉਣਾ। ਇੱਧਰ ਵੇਖਦੇ ਇੱਕ ਨਿਸ਼ਾਨ ਜਿਹੜਾ ਨਵਾਂ ਪਾਇਆ ਸੱਬਲ ਗੈਂਗ ਦਾ, ਭੂਤੋਂ ਵਾਲਾ ਸਾਈਨ ਪ੍ਰਿੰਟ ਕਰਾਇਆ ਯੈਸ, ਸ਼ਿਬਲ ਗੈਂਗ ਸ਼ਿਬਲ ਐਂ ਦੀ ਆ ਬੂ ਪੌੜੇ ਹੁਣ ਨਹੀਂ ਆਉਣਾ ਆਪਾਂ, ਐਂ ਦੀ ਆ ਤੂੰ ਚਾਬੀ ਕਿੱਥੇ ਆ, ਆਹ ਵਿਖੀ ਲਵਾ ਕੇ ਤਾਂ ਜਗਾੜ ਜਿਹਾ ਪਿਆ ਰੱਖਣਾ ਹਨਾ। ਇੱਕ ਤਾਂ ਆਪਾਂ ਡੀਨਾ ਲਵਾਉਣਾ, ਪੈਰਸ ਖੋਲ ਦੂਗਾ, ਤੇ ਇੱਕ ਟੀਨਾ ਲਵਾਉਣਾ ਆਪਾਂ। ਯਾਰ ਕੰਮ ਕੋਈ ਵੀ ਨਹੀਂ ਹੋਣ ਡਿਆ, ਪੈਰਸ ਦੇ ਸਾਰੇ ਬੰਦੇ ਨੇ ਅੱਜ ਆਏ ਕਹਿੰਦਾ ਕੰਮ 'ਤੇ, ਫਸ ਗਏ ਕਿਤੇ ਨਾ ਕਿਤੇ, ਕੋਈ ਕਿਤੇ ਫਸਿਆ ਪਿਆ, ਕੋਈ ਕਿਤੇ ਫਸਿਆ ਪਿਆ, ਅਤੇ ਕੱਲ੍ਹ ਹੀ ਕੰਮ ਹੋਣੇ ਆ ਅੱਜ ਆਪਾਂ ਆਪਣਾ ਫਲ। ਉਹ ਹੋਕਾ ਪਾਸੇ ਕੰਮ ਨਹੀਂ ਲਵਾਈ, ਟਰਾਲੀ ਬਣੀ ਦਿੱਤੀ ਇਹਦੀ, ਲੈ ਯਾਰ ਆਹ ਦੱਸਣਾ ਨਹੀਂ, ਇਹਦੀ ਨਹੀਂ, ਇਹਦੀ ਦਿੱਤੀ, ਸੋਰੀ ਸੋਰੀ ਗਲਤੀ ਨਹੀਂ, ਬੀਪਲਾ ਤੋਂ ਬੀਪਲਾ ਤੋਂ ਉਹ ਜਾਂਦੀ ਲਿਫਟ ਦੀ 7 ਨੰਬਰ 'ਤੇ, ਇਹ ਆਊਟ ਹੋ ਗਈ ਯਾਰ, ਹੁਣ ਜਾਣੀ ਇਕੱਲੇ ਜਾਣਾ। ਚੱਲ ਵੇ ਭਾਈ ਸਾਥ ਛੱਡ ਗਿਆ ਭਾਂਜਾ ਆਪਣਾ, ਹੈ ਵੇਖ ਲਾ ਫਿਰ ਸਾਥ ਛੱਡ ਆਇਆ ਨਾ ਤੂੰ, ਸਾਥ ਛੱਡ ਆਇਆ ਚੱਪਲਾਂ ਅੰਦਰ ਗਿਆ ਕਿਤੇ, ਵੇਲਾ ਭਾਂਜੇ ਫਿਰ ਸਾਥ ਛੱਡ ਆਇਆ। ਇੱਡੀ ਕਿਹੜੀ ਤੈਨੂੰ ਕਾਲੀ ਪਈ ਉੱਤੇ ਆਉਂਦੀ ਓਏ, ਹੈਂ ਕਿਹੜੇ ਯਾਰ ਕੱਪੜੇ, ਆਪਾਂ ਫਲੈਟ ਦੀ ਸਿੱਧੀ ਸਫਾਈ ਕਰਨ ਵਾਲੀ ਆਪਣੀ ਯਾਰ, ਸਫਾਈ ਕਰ ਲਈ ਅੱਜ ਆਪਾਂ, ਮੈਂ ਕਿਹਾ ਸਫਾਈ ਕਰ ਲਈ ਹੈਂ, ਮੱਥਾ ਟੇਕ ਕੇ ਅਤੇ ਆ ਕੇ ਫਿਰ ਖਾ ਪੀ ਕੇ
ਅੱਜ ਇਹਨਾਂ ਨੇ ਪਲੈਨ ਟੱਲੀ ਕਰਦੀ ਦੋਵੇਂ ਭਰਾ ਲੈ ਵੀ ਮਿੱਤਰਾ ਨਹਾ ਧੋ ਲਿਆ ਯਾਰ ਉਹਨਾਂ ਨੇ ਪਰ ਟਾਈਮ ਬੜਾ ਹੈਗਾ ਯਾਰ ਮੇਰੀ 3:30 ਹੋ ਗਏ ਆ ਮੀਂਹ ਨੇ ਕਰਕੇ ਕੋਈ ਸ਼ਡਿਊਲ ਨਹੀਂ ਹੈਗਾ ਸਿਰਫ ਇੱਕ ਜਿੰਮ ਜ਼ਰੂਰ ਜਾਵਾਂਗੇ ਅੱਜ ਬਾਕੀ ਫੰਕਸ਼ਨ ਆਪਣਾ ਆਪਾਂ ਕਰਦੇ ਰਹਿਣਾ ਅਤੇ ਇੱਕ ਗੁਰੂ ਮਹਾਰਾਜ ਦੇ ਘਰ ਜ਼ਰੂਰ ਜਾਵਾਂਗੇ ਦੋ ਕੰਮ ਆਪਾਂ ਮਿਸ ਨਹੀਂ ਕਰ ਸਕਦੇ ਹੈ ਨਾ ਅਤੇ ਜਿੰਮ ਤਾਂ ਆਪਾਂ ਰੈਗੂਲਰ ਜਿੱਦਾਂ ਦਾ ਕੀਤਾ ਹੁੰਦਾ ਸਿਰਫ ਇੱਕ ਦਿਨ ਮਿਸ ਹੋਇਆ ਮੇਰੇ ਹਿਸਾਬ ਨਾਲ ਵਿੱਚੋਂ ਅਤੇ ਇੱਕ ਵਿੱਚ ਐਤਵਾਰ ਆ ਗਿਆ ਸੀ ਅਤੇ ਅੱਜ ਫਿਰ ਹੁਣ ਸੋਮਵਾਰ ਆ ਅਤੇ ਜਿੰਮ ਲਾਵਾਂਗੇ ਠੋਕ ਕੇ ਪਹਿਲਾਂ ਗੁਰੂ ਮਹਾਰਾਜ ਦਰਸ਼ਨ ਮੇਲੇ ਕਰਨ ਚੱਲਦੇ ਹਾਂ ਅਤੇ ਉਹ ਤੋਂ ਬਾਅਦ ਖਾ ਪੀ ਕੇ ਫਿਰ ਆਪਣੇ ਫਲੈਟ ਦੀ ਸਫਾਈ ਕਰਨ ਦਾ ਇਰਾਦਾ ਬਣ ਰਿਹਾ ਸਾਡਾ ਕੋਈ ਖਲਾਰਾ ਬਹੁਤ ਜ਼ਿਆਦਾ ਪਿਆ ਵਾ ਅਤੇ ਮੇਰਾ ਤਾਂ ਭਾਂਜੀ ਦਾ ਇਹ ਪਲੈਨ ਬਣਿਆ ਕਿ ਗੁਰੂ ਮਹਾਰਾਜ ਦਰਸ਼ਨ ਮੇਲੇ ਕਰਕੇ ਡਾਇਟ ਲੈ ਕੇ ਫਿਰ ਫਲੈਟ ਆ ਕੇ ਸਫਾਈ ਕਰਾਂਗੇ ਥੋੜ੍ਹੀ ਬਹੁਤੀ ਰੈਸਟ ਕਰਕੇ ਅਤੇ ਫਿਰ ਚੱਲਾਂਗੇ ਆਪਣਾ ਜਿੰਮ ਜਿੰਮ ਤੋਂ ਬਾਅਦ ਫਿਰ ਇੱਕ ਹੋਰ ਕੰਮ ਆ ਉਹ ਕਰਕੇ ਆਉਣਾ ਅਤੇ ਬੜੇ ਵੀਰੇ ਗੱਲ ਪੁੱਛਣ ਦੇ ਗੱਡੀ ਜਾਣ ਮੇਰੀ ਇਹ ਲੇਟ ਹੋ ਗਈ ਗੱਡੀ ਨਾਲ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਕਨਫਿਊਜ਼ਨ ਸੀ ਜਿਹੜੀ ਉਦੋਂ ਮੈਂ ਇੱਕ ਵਲੋਗ ਬਣਾਉਣਾ ਸੀ ਉਹ ਵਲੋਗ ਦੇ ਵਿੱਚ ਆਪਾਂ ਗੱਡੀ ਆਪਣੇ ਕਿਸੇ ਭਰਾ ਨੇ ਲੈਣ ਜਾਣਾ ਸੀ ਅਤੇ ਆਪਣੀ ਨਹੀਂ ਆਪਾਂ ਨੇ ਗੱਡੀ ਲੈਣ ਜਾਣਾ ਸੀ ਆਪਣੇ ਨਾਲ ਸੱਜਣ ਮਿੱਤਰ ਨੇ ਕਿਸੇ ਨੇ ਜਾਣਾ ਸੀ ਅਤੇ ਉਹ ਗੱਡੀ ਹੋ ਗਈ ਆ ਲੇਟ ਲੇਟ ਹੋਣ ਦਾ ਕਾਰਨ ਕਿਉਂਕਿ ਮੀਂਹ ਬਹੁਤ ਜ਼ਿਆਦਾ ਪੈਣ ਡੇ ਆ ਅਤੇ ਏਜੰਸੀ ਵਾਲਿਆਂ ਨੇ ਡਿਲੀਵਰੀ ਦਿੱਤੀ ਨਹੀਂ ਸਾਨੂੰ ਫਿਰ ਉਹਦਾ ਕਰਕੇ ਅਸੀਂ ਹੁਣ ਸੋਚਦੇ ਹਾਂ ਕਿ ਜਦੋਂ ਤੱਕ ਮੀਂਹ ਹਟ ਜਾਣਗੇ ਉਸ ਤੋਂ ਬਾਅਦ ਹੀ ਉਹ ਚੀਜ਼ ਦੀ ਗੱਡੀ ਦੀ ਡਿਲੀਵਰੀ ਲੈਣ ਜਾਵਾਂਗੇ ਸੋ ਹੁਣ ਤੈਨੂੰ ਵੇਟ ਕਰਦੇ ਹਾਂ ਤੁਸੀਂ ਵੇਟ ਕਰੋ ਅਤੇ ਗੱਡੀ ਕੋਈ ਵੱਖਰੀ ਜੀ ਆਊਗੀ ਐਤਕੀ ਬਾਬਾ ਸੁੱਖ ਰੱਖੇ ਉਹ ਜਿਹੜੇ ਆਪਣੇ ਸੱਜਣ ਨੇ ਲੈਣ ਜਾਣੀ ਆ ਚੱਲਾਂਗੇ ਆਪਾਂ ਨਾਲ ਜ਼ਰੂਰ ਆਪਣੀ ਗੱਡੀ ਲੇਟ ਹੀ ਆਉਣੀ ਆ ਲੈ ਵੀ ਮਿੱਤਰਾ ਹੋ ਗਏ ਆਪਾਂ ਤਿਆਰ ਅਤੇ ਜਾਵਾਂਗੇ ਆਪਾਂ ਚੱਪਲਾਂ 'ਚ ਕਿਉਂਕਿ ਮੀਂਹ ਦੇ ਕਰਕੇ ਨਾ ਬੂਟਾਂ ਦੀ ਡੰਡ ਬਹੁਤ ਲੱਗਦੀ ਅਤੇ ਬਾਅਦ ਧੋਣੇ ਬੜੇ ਔਖੇ ਲੱਗਦੇ ਜੀ ਆ ਵੀ ਧੋਣ ਵਾਲੇ ਪਏ ਆ ਵੀ ਧੋਣ ਵਾਲੇ ਪਏ ਕੋਲ ਫਫੇ 'ਚ ਵੀ ਜਿਹੜੇ ਪਿੰਡੋਂ ਲੈ ਕੇ ਆਏ ਆ ਵੀ ਧੋਣ ਵਾਲੇ ਪਏ ਉਹ ਸਿਰਫ ਬੂਟ ਮੈਂ ਇੱਕ ਵਾਰੀ ਪਾਏ ਆ ਨਾਇਕੀ ਵਾਲੇ ਉਹਨਾਂ ਦੇ ਗੰਦੇ ਹੋਏ ਆ ਉਸ ਤੋਂ ਬਾਅਦ ਵੇਖ ਲਓ ਪਾਏ ਨਹੀਂ ਗਏ ਤੋਂ ਇਹਨਾਂ ਨੂੰ ਧੋਣ ਵਾਸਤੇ ਲੈ ਕੇ ਆਏ ਕਿ ਫਲੈਟ ਲੈ ਜਾਂਦਾ ਉੱਥੇ ਅਗੇ ਧੋਲੂੰਗੇ ਤਾਂ ਸੋ ਚੱਪਲਾਂ ਆਪਾਂ ਧੋਣੀਆਂ ਚੱਪਲਾਂ 'ਚ ਜਾਵਾਂਗੇ ਜਿੰਮ ਵਾਲੇ ਬੂਟ ਆਪਾਂ ਨਾਲ ਲੈ ਲਏ ਆ ਸੈਂਡੋ ਨਾਲ ਲੈ ਲਈ ਆ ਅਤੇ ਜਿੰਮ ਲਾ ਕੇ ਹੀ ਫਿਰ ਘਰੇ ਆਵਾਂਗੇ ਕਿਉਂਕਿ ਬਾਕੀ ਇਹ ਹੈ ਨਾ ਕਿ ਮੌਕੇ ਦਾ ਜੇ ਪਲੈਨ ਬਣ ਗਿਆ ਗੁਰਦੁਆਰਾ ਸਾਹਿਬ ਤੋਂ ਨਿਸ਼ਾਨ ਨੂੰ ਕੰਮ ਹੈ ਠਾਣੇ ਜਾਣਾ ਠਾਣੇ ਜਾਣ ਦਾ ਕਾਰਨ ਕੀ ਆ ਕਿ ਨਿਸ਼ਾਨ ਦੇ ਫਲੈਟ ਦੇ ਵਿੱਚ ਕੁਛ ਚੀਜ਼ਾਂ ਇੱਧਰ ਉੱਧਰ ਹੋਈਆਂ ਸੀ ਅਤੇ ਕੰਮ ਵਾਲੀ ਵੀ ਆਉਂਦੀ ਸੀ ਅਤੇ ਸਾਨੂੰ ਹੁਣ ਕਨਫਿਊਜ਼ਨ ਇਸ ਚੀਜ਼ ਦੀ ਕੰਪਲੇਂਟ ਤਾਂ ਲਿਖਾਉਣੀ ਬਣਦੀ ਆ ਕੰਪਲੇਂਟ ਲਿਖਾਵਾਂਗੇ ਠਾਣੇ ਜਾਣਾ ਕੰਮ ਸਾਨੂੰ ਜ਼ਰੂਰੀ ਇੱਕ ਉਹ ਅਤੇ ਉਸ ਤੋਂ ਬਾਅਦ ਇਹ ਵੇਖਾਂਗੇ ਕਿ ਨਿਸ਼ਾਨ ਜੇ ਉੱਠ ਪਿਆ ਜਾਂਦਿਆਂ ਨੂੰ ਫਿਰ ਉਹ ਸਾਨੂੰ ਠਾਣੇ ਪਹਿਲਾਂ ਜਾਣਾ ਪੈਣਾ ਅਤੇ ਜੇ ਉਹ ਨਾ ਉੱਠਿਆ ਆ ਫਿਰ ਆਪਾਂ ਜਿੰਮ ਜਾਵਾਂਗੇ ਅਤੇ ਸੋ ਆ ਜਾਓ ਫਿਰ ਚੱਲਦੇ ਹਾਂ ਮੇਰੇ ਵੀਰੇ ਬਾਕੀ ਇੱਕ ਵੀਰਾਂ ਦੇ ਕਮੈਂਟ ਪੜ੍ਹਨ ਰਿਹਾ ਸੀ ਮੈਂ ਨਹਾਉਣ ਤੋਂ ਪਹਿਲਾਂ ਕਮੈਂਟ ਪੜ੍ਹਨ ਦੇ ਕਾਰਨ ਕਿ ਪਾਣੀ ਠੰਡਾ ਸੀ ਆਪਾਂ ਗੀਜ਼ਰ ਲਾ ਕੇ ਵਿਹਲੇ ਸੀ ਗੀਜ਼ਰ ਲਾ ਕੇ ਵਿਹਲੇ ਹੋਣ ਤੋਂ ਬਾਅਦ ਮੈਂ ਕਮੈਂਟ ਪੜ੍ਹਨ ਰਿਹਾ ਪਿਆ ਅਤੇ ਕਮੈਂਟ ਦੇ ਵਿੱਚ ਬਾਈ ਦਾ ਮੈਸੇਜ ਆਇਆ ਕਹਿੰਦਾ ਬਾਈ ਤੂੰ 95 ਟੀ ਸ਼ਰਟ 'ਚ ਜ਼ਿਆਦਾਤਰ ਰਿਹਾ ਕਰ ਸੋਹਣਾ ਲੱਗਦਾ ਜਾਣ ਮੇਰੀ ਮੈਂ ਰਹਿੰਦਾ 95 ਟੀ ਸ਼ਰਟ 'ਚ ਹਾਂ ਜਦੋਂ ਕਦੇ ਬੜਾ ਜ਼ਰੂਰੀ ਕੰਮ ਜਾਣਾ ਹੋ ਜਾਂ ਕਿਤੇ ਟੋਰ ਟੁਰ ਕੱਢਣੀ ਹੋਵੇ ਫਿਰ ਪਾਈਦੀ ਆ ਜੀਨ ਜੂਨ ਨਹੀਂ ਤਾਂ ਆਪਾਂ ਨੂੰ ਆਹ ਚੀਜ਼ ਬਿਲਕੁਲ ਆਪਾਂ ਕੰਫਰਟ ਰਹੀਦਾ ਇਹਦੇ ਵਿੱਚ ਓਕੇ ਰਿਪੋਰਟ ਕੋਈ ਨਹੀਂ ਦੋ ਚਾਰ ਇਹੋ ਜਿਹੇ ਹੋਰ ਲੈ ਆਉਂਦੇ ਹਾਂ ਚੱਲ ਆ ਵੀ ਭਾਂਜੇ ਆ ਜਾ ਚੱਲੀਏ ਆ ਜਾ ਫਿਰ ਆ ਜਾ ਮੇਰਾ ਭਰਾ ਚਾਬੀ ਕਿੱਥੇ ਫਲੈਟ ਦੀ ਆਪਣੇ ਫੋਨ ਦੇ ਹੁਣ ਇਹਨੂੰ ਸਾਲ ਤੇ ਹੋਜੇ ਲੱਗਾ ਫੋਨ ਚੇਂਜ ਕਰਾਂਗੇ ਹੁਣ ਅਤੇ ਆਪਾਂ ਇੱਕ ਮੇਰੇ ਕੋਲ 12 ਪ੍ਰੋ ਮੈਕਸ ਸੀ ਇੱਕ 13 ਪ੍ਰੋ ਮੈਕਸ ਸੀ 14 ਮੈਂ ਲਿਆ ਹੀ ਨਹੀਂ ਮੇਰਾ ਹੱਥ ਜਿਹਾ ਨਹੀਂ ਪਿਆ ਤੁਹਾਨੂੰ ਤੁਹਾਨੂੰ ਸਹੀ ਗੱਲ ਦੱਸਾਂ ਅਤੇ ਹੁਣ ਸਿੱਧਾ ਜਿਹੜਾ 15 ਆਊਗਾ ਉਹ ਲਵਾਂਗੇ ਅਤੇ ਫਿਰ ਉਹਦੇ ਵਿੱਚ ਵਲੋਗਿੰਗ ਕਰਿਆ ਕਰਾਂਗੇ ਉਹ ਲੈਣਾ ਆਪਾਂ ਸਪੈਸ਼ਲ ਵਲੋਗਿੰਗ ਵਾਸਤੇ ਹੀ ਆ ਕਿਉਂਕਿ ਉਹਦੇ ਵਿੱਚ ਆਪਾਂ GB ਆ ਉਹ ਵੱਧ ਲਵਾਂਗੇ ਆਹ ਜਿਹੜੇ ਮੇਰੇ ਕੋਲ ਦੋ ਫੋਨ ਇੱਕ 128 ਇੱਕ 256 ਆ ਹੈ ਨਾ ਹੁਣ ਜਿਹੜਾ ਲਵਾਂਗੇ ਉਹ 1 TB ਕਿ 1 GB ਜਿਹੜਾ ਵੀ ਹੁੰਦਾ ਜਾਂ 500 ਹੈ ਸੱਜਣਾ ਰਾਣੀ ਵੇਟ ਕਰਦੀ ਪਈ ਚੱਲੀਏ ਆ ਜਾਓ ਬਈ ਤੈਨੂੰ ਰਾਣੀ ਵੇਟ ਕਰਦੀ ਪਈ ਤੈਨੂੰ ਰਾਣੀ ਚੱਲ ਪੁੱਤ ਤੈਨੂੰ ਸਹਿਰਾ ਕਰਾ ਕੇ ਲਈ ਮਿੱਤਰਾ ਗੁਰੂ ਮਹਾਰਾਜ ਦੇ ਦਰਸ਼ਨਾਂ ਲਈ ਪਹੁੰਚ ਗਈ ਯਾਰ ਹੋਣੀ ਇਹ ਤੋਂ ਬਾਅਦ ਫਿਰ ਆਪਾਂ ਚੱਲਦੇ ਹਾਂ ਜਿੰਮ ਨੂੰ ਫਿਲਹਾਲ ਤੇ ਗੁਰੂ ਮਹਾਰਾਜ ਦਰਸ਼ਨ ਕਰੀਏ ਮੈਂ ਵੀ ਮਿੱਤਰਾ ਗੁਰੂ ਮਹਾਰਾਜ ਦਰਸ਼ਨ ਮਿਲੇ ਆਪਾਂ ਕਰ ਲਏ ਆ ਤੇ ਮੈਨੂੰ ਕੱਲ੍ਹ ਇੱਕ ਬਾਈਆਂ ਦਾ ਕਮੈਂਟ ਆਇਆ ਸੀ ਬੜਾ ਸੋਹਣਾ ਕਹਿੰਦਾ ਬਾਈ ਤੇਰੇ ਕੋਲ ਸਾਨੂੰ ਬੜਾ ਕੁਛ ਸਿੱਖਣ ਨੂੰ ਮਿਲਦਾ ਕਹਿੰਦਾ ਕੁਛ ਨਾ ਕੁਛ ਸਾਨੂੰ ਦੱਸਦਾ ਰਿਹਾ ਕਰ ਸਾਨੂੰ ਚੰਗਾ ਲੱਗਦਾ ਹਨਾ ਤੇ ਅੱਜ ਚਲੋ ਫਿਰ ਤੁਹਾਨੂੰ ਇੱਕ ਗੱਲ ਦੱਸਦਾ ਬੜੀ ਵਧੀਆ ਕਿ ਤੁਸੀਂ ਗੁਰੂ ਮਹਾਰਾਜ ਦੇ ਘਰ ਰੋਜ਼ ਜਾਇਆ ਕਰੋ ਕਿਉਂਕਿ ਹਰ ਇੱਕ ਦੀ ਜ਼ਿੰਦਗੀ 'ਚ ਪ੍ਰੋਬਲਮ ਹੁੰਦੀਆਂ ਅਤੇ ਜੇ ਆਪਾਂ ਗੁਰੂ ਮਹਾਰਾਜ ਦੇ ਘਰ ਜਾਂਦੇ ਹਾਂ ਨਾ ਉਹ ਪ੍ਰੋਬਲਮ ਨੂੰ ਸੋਲਵ ਕਰਨ ਦੀ ਆਪਾਂ ਨੂੰ ਹਿੰਮਤ ਬਖਸ਼ਦਾ ਆ ਇਹ ਚੀਜ਼ ਤੁਹਾਨੂੰ ਮੈਂ ਲਿਖ ਕੇ ਦੇ ਦਿੰਦਾ ਠੀਕ ਹੈ ਜੇ ਆਪਾਂ ਨਹੀਂ ਜਾਂਦੇ ਉਹਦੇ ਘਰ ਉਹ ਫਿਰ ਉਹ ਉਹਨਾਂ ਨਾਲ ਮਾਰੀ ਜਾਓ ਟੱਕਰਾਂ ਕੰਧਾਂ ਦੇ ਨਾਲ ਕੋਈ ਗੱਲ ਨਹੀਂ
ਹਨਾ ਫਿਰ ਜ਼ਿੰਦਗੀ ਉਸ ਨਾਲ ਲੰਘਦੀ ਆ ਤੇ ਜੇ ਆਪਾਂ ਗੁਰੂ ਮਹਾਰਾਜ ਦੇ ਘਰ ਜਾਂਦੇ ਹਾਂ ਬਾਣੀ ਪੜ੍ਹਦੇ ਹਾਂ ਹਨਾ ਸੇਵਾ ਕਰਦੇ ਹਾਂ ਤੇ ਫਿਰ ਉਹ ਆਪਾਂ ਨੂੰ ਇਹੋ ਜਿਹੀ ਹਿੰਮਤ ਬਖਸ਼ਦਾ ਆਪਣੇ ਤੇ ਜਿੰਨੀਆਂ ਮਰਜ਼ੀ ਭੀੜਾਂ ਪੈ ਜਾਣ ਜੋ ਮਰਜ਼ੀ ਹੋਈ ਜਾਵੇ ਸਾਨੂੰ ਪਰਵਾਹ ਹੀ ਨਹੀਂ ਹੋਣੀ ਤੁਸੀਂ ਮੇਰੇ ਵੱਲ ਵੇਖ ਲਓ ਮੇਰੇ ਨਾਲ ਬੜਾ ਇੱਕ ਵੀਰ ਦਾ ਕੱਲ੍ਹ ਕਮੈਂਟ ਆ ਕਹਿੰਦਾ ਤੇਰੇ ਨਾਲ ਇੰਨਾ ਕੁਛ ਹੁੰਦਾ ਰਿਹਾ ਤੂੰ ਤੈਨੂੰ ਫਰਕ ਹੀ ਨਹੀਂ ਪੈਂਦਾ ਤੇ ਫਰਕ ਕਿਹੜੀ ਗੱਲੋਂ ਪਵੇ ਜਾਣ ਮੇਰੀ ਜਦੋਂ ਐਡੀ ਤਕੜੀ ਪਾਵਰ ਆਪਣੇ ਨਾਲ ਹੋਵੇ ਨਾ ਐਡੀ ਤਕੜੀ ਪਾਵਰ ਆਪਣੇ ਪਿੱਛੇ ਹੋਵੇ ਤਾਂ ਆਪਾਂ ਨੂੰ ਵੈਸੇ ਨਹੀਂ ਫਰਕ ਪੈਂਦਾ ਹਨਾ ਉਸ ਚੀਜ਼ ਦਾ ਤੁਹਾਨੂੰ ਇੱਕ ਚੀਜ਼ ਅੰਦਰੋਂ ਤੁਹਾਨੂੰ ਮਾਣ ਹੋ ਜਾਣਾ ਕਿ ਮੇਰਾ ਮਾਲਕ ਮੇਰਾ ਰੱਬ ਮੇਰੇ ਨਾਲ ਆ ਹਨਾ ਕਿਉਂਕਿ ਮੈਨੂੰ ਇਹ ਚੀਜ਼ ਦਾ ਪਤਾ ਕਿ ਮੈਨੂੰ ਕੁਛ ਵੀ ਅੱਜ ਤੱਕ ਕੋਈ ਵੀ ਚੱਕਰ ਪੈਂਦਾ ਹੋਵੇ ਨਾ ਰੱਬ ਪਿੱਠ ਨਹੀਂ ਲੱਗ ਦਿੰਦਾ ਉਹ ਕਿਤੇ ਨਾ ਕਿਤੇ ਆਪਾਂ ਨੂੰ ਕੱਢ ਕੇ ਲੈ ਹੀ ਆਉਂਦਾ ਉਸ ਚੀਜ਼ 'ਚੋਂ ਕਿਉਂਕਿ ਆਪਾਂ ਗਲਤ ਨਹੀਂ ਹੁੰਦੇ ਆਪਣੀ ਜੇ ਨੀਤ ਸਾਫ਼ ਹੈ ਨਾ ਤਾਂ ਤੁਹਾਡਾ ਰੱਬ ਤੁਹਾਡੀ ਮਦਦ ਜ਼ਰੂਰ ਕਰੂਗਾ ਤਾਂ ਜੇ ਤੁਸੀਂ ਮਨ ਦੇ ਵਿੱਚ ਚੋਰ ਰੱਖਣੇ ਆ ਹਨਾ ਅਤੇ ਦੁਨੀਆ ਸਾਹਮਣੇ ਚੰਗੇ ਬਣੀ ਜਾਣਾ ਅੰਦਰੋਂ ਤੁਹਾਡੀ ਨੀਤ ਮਾੜੀ ਆ ਅਤੇ ਰੱਬ ਵੀ ਤੁਹਾਨੂੰ ਉੱਥੇ ਹੀ ਰੱਖਦਾ ਇੱਥੇ ਬੜੇ ਲੋਕ ਮੈਂ ਵੇਖੇ ਆ ਇੱਦਾਂ ਦੇ ਕਿ ਬੜੇ ਚੰਗੇ ਬਣਨਗੇ ਬੜੇ ਦਾਅਵੇ ਕਰਨਗੇ ਪਰ ਉਹ ਅੰਦਰੋਂ ਖੋਟੇ ਹੁੰਦੇ ਅਤੇ ਫਿਰ ਰੱਬ ਉਹਨਾਂ ਨੂੰ ਉੱਥੇ ਕੇ ਰੱਖਦਾ ਫਿਰ ਲਿਆ ਭੁਆ ਭੁਆ ਕੇ ਫਿਰ ਤੁਸੀਂ ਆਮ ਹੀ ਵੇਖਿਆ ਹੋਊਗਾ ਕਿ ਮੇਰੇ ਨਾਲ ਜੋ ਕੁਛ ਹੋਇਆ ਜ਼ਿੰਦਗੀ 'ਚ ਉਹਨਾਂ ਦੇ ਜਵਾਬ ਅੱਜ ਦੇ ਟਾਈਮ 'ਚ ਰੱਬ ਆਪਣੇ ਆਪ ਦੇਣ ਡਿਆ ਅਤੇ ਦਵਾਉਣ ਵੀ ਲੋਕਾਂ ਕੋਲੋਂ ਡਿਆ ਜਿਹੜੇ ਭਰਾ ਆਪਣੇ ਨਾਲ ਜੁੜੇ ਆ ਨਾ ਉਹ ਆਪਣੇ ਆਪ ਉਸ ਚੀਜ਼ ਦੇ ਉੱਤੇ ਹੈਵੀ ਹੋ ਜਾਂਦੇ ਆ ਜਿਹੜੇ ਬੰਦੇ ਆਪਣੇ ਨਾਲ ਮਾੜੀ ਕਰਦੇ ਉਹਨਾਂ ਨੂੰ ਜਵਾਬ ਮੇਰੇ ਨਾਲ ਜੁੜੇ ਮੇਰੇ ਭਰਾ ਨਾਲ ਦੇਣ ਡੇ ਆ ਜੇ ਮੇਰੀ ਨੀਤ ਵੀ ਮਾੜੀ ਤਾਂ ਤੁਸੀਂ ਮੇਰੇ ਨਾਲ ਇੰਨੇ ਲੋਕ ਆ ਤੋਂ ਜੁੜਨੇ ਸੀ ਸੋਚ ਕੇ ਦੇਖਿਆ ਕਰੋ ਕਦੀ ਵਾਰ ਇਹ ਸਭ ਰੱਬ ਦੀਆਂ ਮਿਹਰ ਰਹਿਮਤਾਂ ਆ ਜਿਹੜੇ ਆਪਾਂ ਸਾਰੇ ਇੱਕ ਦੂਜੇ ਨਾਲ ਜੁੜ ਗਏ ਆ ਨਾ ਮੰਨ ਲਓ ਹੁਣ ਮੇਰੀ ਯੂਟਿਊਬ ਵਾਲੀ ਫੈਮਿਲੀ ਲਾ ਲਓ ਤੁਸੀਂ ਉਹ ਕਿੰਨੇ ਭਰਾ ਆਪਣੇ ਨਾਲ ਜੁੜੇ ਆ ਉਹਦਾ ਕਾਰਨ ਕੀ ਹੈ ਮਾਲਕ ਸੱਚੇ ਪਾਤਸ਼ਾਹ ਤੁਹਾਡੇ ਰੂਬਰੂ ਮੈਨੂੰ ਕੀਤਾ ਇੱਕ ਦੂਜੇ ਨਾਲ ਆਪਾਂ ਪਿਆਰ ਕਰਦੇ ਹਾਂ ਤੁਸੀਂ ਮੇਰੇ ਵਲੋਗ ਵੀ ਹੁੰਦੇ ਜੇ ਮੈਂ ਤੁਹਾਡੇ ਲਈ ਵਲੋਗ ਬਣਾਉਂਦਾ ਵਾਂ ਇਹ ਸਭ ਉਹਦੀਆਂ ਰਹਿਮਤਾਂ ਮੇਰਾ ਵਾ ਅਤੇ ਜੇ ਜ਼ਿੰਦਗੀ 'ਚ ਪ੍ਰੋਬਲਮ ਆਈਆਂ ਵਾ ਤਾਂ ਸੋਲਵ ਕਰਨ ਦੀ ਹਿੰਮਤ ਵੀ ਆ ਸੱਚੇ ਮਾਲਕ ਨੇ ਬਖਸ਼ੀ ਆ ਤਾਂ ਕਹਿੰਦਾ ਵਾ ਕਿ ਗੁਰੂ ਮਹਾਰਾਜ ਦੇ ਘਰ ਜ਼ਰੂਰ ਜਾਇਆ ਕਰੋ ਮੇਰਾ ਭਰਾ ਹੈ ਲਵ ਯੂ ਆ ਸਾਰਿਆਂ ਨੂੰ ਜਿੰਨੇ ਵੱਜਦੇ ਰਹੋ ਨਿਆਰੇ ਲਓ ਇੱਦਾਂ ਘੈਂਟ ਘੈਂਟ ਸਾਡੇ ਵਲੋਗ ਪੈਂਦੇ ਰਹੋ ਘੈਂਟ ਘੈਂਟ ਕਮੈਂਟ ਕਰਦੇ ਰਹੋ ਉਹ ਕਮੈਂਟਾਂ ਦੇ ਵਿੱਚੋਂ ਹੀ ਪੜ੍ਹ ਕੇ ਮੈਨੂੰ ਵੀ ਬੜੀ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਕਿਉਂਕਿ ਹਰ ਇੱਕ ਨੇ ਆਪੋ ਆਪਣੇ ਵਿਚਾਰ ਪੇਸ਼ ਕਰਨੇ ਹੁੰਦੇ ਆਪਣੇ ਜਿੱਦਾਂ ਦਾ ਬੰਦੇ ਦਾ ਸੁਭਾਅ ਆ ਜਿੱਦਾਂ ਦਾ ਬੰਦੇ ਦੀ ਸੋਚ ਆ ਨੇ ਉਸ ਹਿਸਾਬ ਨਾਲ ਕਮੈਂਟ ਕਰਨਾ ਹੁੰਦਾ ਅਤੇ ਮੈਂ ਗੁਰੂ ਘਰ ਖਲੋਤਾ ਵਾਂ ਮੈਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਖੁਸ਼ੀ ਆ ਕਿ ਜਿੰਨੇ ਭਰਾ ਮੇਰੇ ਨਾਲ ਯੂਟਿਊਬ 'ਤੇ ਜੁੜੇ ਆ ਸਾਰੇ ਐਡੇ ਘੈਂਟ ਇਹਨਾਂ ਦੀ ਸੋਚ ਵੀ ਸਾਰਿਆਂ ਦੀ ਵਧੀਆ ਕਿਉਂਕਿ ਕਮੈਂਟਾਂ ਤੋਂ ਪਤਾ ਲੱਗਦਾ ਪੋਜ਼ਿਟਿਵਿਟੀ ਵਾਲੇ ਕਮੈਂਟ ਆਉਂਦੇ ਕਿੰਨੇ ਸੋਹਣੇ ਕਮੈਂਟ ਆਉਂਦੇ ਆ ਜਿਹੜੇ ਆਪਣੇ ਭਰਾ ਚੈਨਲ ਦੇ ਨਵੇਂ ਜੁੜੇ ਕਮੈਂਟ ਪੜ੍ਹ ਕੇ ਵੇਖ ਲਿਓ ਕਿ ਇੰਨੀ ਪੋਜ਼ਿਟਿਵਿਟੀ ਵਾਲੇ ਕਮੈਂਟ ਹੋਰ ਕੇ ਬੰਦੇ ਨੂੰ ਆਉਂਦੇ ਪੰਜਾਬ ਦੇ ਵਿੱਚ ਮੈਂ ਨਹੀਂ ਮੰਨਦਾ ਮਾੜਾ ਬੋਲਣ ਵਾਲੇ ਬੋਲਣਾ ਵਾ ਹਜ਼ਾਰ ਮਗਰ 10 ਬੰਦੇ ਮਾੜਾ ਬੋਲਣਗੇ ਨਾ ਉਹਨਾਂ ਨੂੰ ਮੈਨੂੰ ਫਰਕ ਨਹੀਂ ਪੈਂਦਾ ਕਿਉਂਕਿ ਹਜ਼ਾਰ ਦੇ ਵਿੱਚੋਂ 990 ਬੰਦੇ ਇੰਨੇ ਸੋਹਣੇ ਕਮੈਂਟ ਕਰਦੇ ਆ ਨਾ ਪੜ੍ਹ ਕੇ ਰੂਹ ਖੁਸ਼ ਹੋ ਜਾਂਦੀ ਤੁਸੀਂ ਲਾ ਲਓ ਹਿਸਾਬ ਸਾਰਾ ਦਿਨ ਮੇਰਾ ਚਿਹਰਾ ਜਿਹੜਾ ਖਿੜਿਆ ਖਿੜਿਆ ਕਈ ਵਾਰ ਇਸੇ ਗੱਲਾਂ ਤੋਂ ਰਹਿੰਦਾ ਕਿ ਮੈਂ ਜਦੋਂ ਹੀ ਮੇਰਾ ਕਿਸੇ ਗੱਲੋਂ ਮੈਂ ਡਾਊਨ ਫੀਲ ਕਰਾਇਆ ਮੈਂ ਚੁੱਪ ਕਰਕੇ ਕਮੈਂਟ ਪੜ੍ਹਨ ਦਿਆ ਪੈਂਦਾ ਨਾ ਤਾਂ ਉਹਨਾਂ ਵਿੱਚ ਕੋਈ ਨਾ ਕੋਈ ਚੀਜ਼ ਮੈਨੂੰ ਕਮੈਂਟ ਇਹੋ ਲੱਭ ਜਾਂਦੇ ਆ ਚੇਤਾ ਬਹੁਤ ਮਿੱਤਰ ਪਹੁੰਚ ਗਏ ਯਾਰ ਹੁਣ ਡਾਇਟ ਵਾਲੇ ਜਗਾੜ ਤੇ ਆ ਗਏ ਵੇ ਭਾਈ ਕੀ ਛਕਣਾ ਪੈ ਜੇ ਅੱਜ ਕੋਈ ਆਟਾ ਨਹੀਂ ਖਾਈ ਕੋਈ ਪਾਸਤਾ ਪੂਸਤਾ ਛਕੀ ਜਾ ਪਾਸਤਾ 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 ਹੋ ਗਿਆ ਜੀ ਪਾਸਤਾ ਕ੍ਰੀਮੀ ਪਾਸਤਾ ਲੈ ਮਿੱਤਰ ਛੇਕ ਆ ਗਿਆ ਜੀ ਟ੍ਰਿਪਲ ਬੈਰੀ ਟੈ 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 ਸਾਰੇ ਕਹਿੰਦੇ ਥੋੜਾ ਪਤਲਾ ਗਿਆ ਜਾਣ ਮੇਰੀ ਥੋੜੀ ਨੈਚੁਰਲ ਡਾਇਟ ਤੇ ਪਿਆ ਵਾ ਖਾਸ ਭਰਾ ਨੇ ਆਪਣੇ ਗੱਡੀ ਓਕੇ ਰਿਪੋਰਟ ਕਰਕੇ ਦੇਣਗੇ ਜਿਹੜੇ ਬੰਦੇ ਆਪ ਕੁਝ ਨੀ ਕਰ ਸਕਦੇ ਉਹ ਹੀ ਆਪਣੇ ਵੇਖ ਵੇਖ ਕੇ ਸੜਦੇ ਹਨਾ ਇਹ ਚੀਜ਼ ਤੇ ਚਲੋ ਹੈਗੀ ਹੈਗੀ ਮੈਂ ਨਾ ਇੱਕ ਚੀਜ਼ ਵੇਖਣ ਡਿਆ ਸੀ ਕਿ ਜਦੋਂ 2016 ਕਿ 17 ਚ ਮੈਂ ਆਪਣਾ ਸੋਸ਼ਲ ਮੀਡੀਆ ਭਾਂਜੇ ਚਲਾਉਣਾ ਸ਼ੁਰੂ ਕੀਤਾ ਸੀ 17, 18, 19, 20 ਤੱਕ ਮੈਂ ਵੇਹਦਾ ਗਿਆ ਮੈਨੂੰ ਜਿਹੜੇ ਲੋਕ ਮਾੜਾ ਬੋਲਦੇ ਹੁੰਦੇ ਨਾ ਮੇਰੇ ਸਰਕਲ 'ਚ ਵੀ ਲੈ ਕੇ ਜਾਂ ਮੇਰੇ ਲਾਗੇ ਬੰਨੇ ਵਾਲੇ ਸਾਨੂੰ ਮਿਲਦੇ ਵਰਤ ਜ਼ਰੂਰ ਹੁੰਦੇ ਪਰ ਸਾਨੂੰ ਮਾੜਾ ਕਹਿੰਦੇ ਹੁੰਦੇ ਸੀ ਇਹ ਫੁਕਰੇ ਗੱਡੀਆਂ ਸ਼ੋਅ ਕਰਦੇ ਆ ਇਹ ਸਟੋਰੀਆਂ ਪਾਉਂਦੇ ਆ ਇਹ ਖਾਣ ਪੀਣ ਦੀਆਂ ਸਟੋਰੀਆਂ ਪਾਉਂਦੇ ਆ ਇਹਦੀਆਂ ਸਟੋਰੀਆਂ ਪਾਉਂਦੇ ਆ ਅੱਜ ਜਾਣ ਮੇਰੀ ਉਹ ਬੰਦੇ ਉਹ ਕੰਮ ਕਹਿੰਦੇ ਜਿਹੜੇ ਅਸੀਂ ਕਰਦੇ ਹੁੰਦੇ ਅਸੀਂ ਸਾਰਾ ਕੁਛ ਉੱਦਾਂ ਕਰਨ ਡੇ ਆ ਤੇ ਮੈਂ ਕਹਿੰਦਾ ਹੱਸਦਾ ਨਾ ਕਿ ਸਾਨੂੰ ਉਹਦਾ ਇੰਨਾ ਮਾੜਾ ਕਹਿੰਦੇ ਤੇ ਅੱਜ ਆਪ ਹੀ ਉਹਨਾਂ ਕੰਮਾਂ ਤੇ ਹੋਏ ਪਏ ਆ ਹਨਾ
ਰੀਲਾਂ ਪਾਉਂਦੇ ਅਸੀਂ ਤੇ ਉਹ ਵੇਖ ਲਾ ਕਿ ਇੱਦਾਂ ਕਿਸੇ ਨੂੰ ਮਾੜਾ ਬੋਲਣਾ ਜਿੱਦਾਂ ਕਿ ਆਪਾਂ ਨੂੰ ਉਹ ਕੰਮ ਕਰਨੇ ਪੈ ਜਾਂਦੇ ਆ ਅੱਜ ਤਕਰੀਬਨ ਸਾਰਾ ਮੁਲਕ ਹੀ ਕੰਮ ਤੇ ਹੋਇਆ ਪਿਆ ਜੋਰ ਲੱਗੇ ਪਏ ਲੋਕਾਂ ਦੇ ਕਿ ਫੋਲੋਵਰਾਂ ਲਈ ਯਾਰ ਬਣਾਈ ਜਾ
ਉਹ ਜਿਹੇ ਲੋਕਾਂ ਨਾਲ ਮਿਲਦੇ ਕਿ ਜਿਨ੍ਹਾਂ ਨਾਲ ਰਹਿ ਕੇ ਸਾਡੇ ਫੋਲੋਅਰ ਵੱਧ ਜਾਣ, ਹੈਂ ਸਾਡੀ ਸਟੋਰੀ ਪੈ ਜੇ ਲੋਕਾਂ ਨੂੰ ਪਤਾ ਲੱਗ ਜਾਏ ਕਿ ਆਹ ਬੰਦਾ ਵੀ ਕੋਈ ਹੈਗਾ ਵਾ, ਹੈ ਨਾ, ਇਹੋ ਜਿਹੇ ਲੋਕ ਵੀ ਹੈਗੇ ਅੱਜ ਦੇ ਟਾਈਮ 'ਤੇ ਇੰਨਾ ਬੇੜਾ ਗਰਕ ਹੋ ਗਿਆ ਨਾ ਲਾਈਕ ਫੋਲੋਅਰ ਤੁਹਾਨੂੰ ਦੱਸ ਨਹੀਂ ਸਕਦਾ, ਕਹਿਣ ਲਓ ਜੋ ਮਰਜ਼ੀ ਕਹੀ ਜਾਣ ਲੈ, ਆਹੀ ਨਹੀਂ ਸਾਨੂੰ ਨਹੀਂ ਫੋਲੋ ਚਾਹੀਦੇ, ਸਾਨੂੰ ਨਹੀਂ ਇੱਦਾਂ ਚਾਹੀਦਾ, ਪਰ ਅੰਦਰ ਖਾਤੇ ਪੂਰਾ ਜ਼ੋਰ ਲੱਗਾ ਪਿਆ ਹੁੰਦਾ ਇੰਨੀ ਜਾਂਦੇ ਆ, ਖਾਤੇ 15-20 ਮਿੰਟ ਲਾ ਕੇ ਵੀਡੀਓ ਐਡਿਟ ਹੁੰਦੀ ਹੈ, ਹਾਂ ਬੜੇ ਜ਼ੋਰ ਲੱਗੇ ਪਏ, ਚੱਲ ਹੀ ਜਾਵੇ ਕਿਸ ਤਰ੍ਹਾਂ ਕਲੈਬਾਂ ਹੁੰਦੀਆਂ, ਬੁਰੇ ਹਾਲ ਆ, ਹੈ ਨਾ, ਅਤੇ ਇੱਕ ਟਾਈਮ 'ਤੇ ਸਾਨੂੰ ਮਾੜਾ ਬੋਲਦੇ ਤਾਂ ਅੱਜ ਮੈਨੂੰ ਉਹਨਾਂ ਲਈ ਉਹਨਾਂ ਦੇ ਅਕਾਊਂਟ ਵੇਖ ਕੇ ਉਹ ਚੀਜ਼ਾਂ ਕਰਦੇ ਵੇਖ ਕੇ ਮੈਨੂੰ ਹਾਸਾ ਆਉਂਦਾ ਹੁੰਦਾ ਕਿ ਵੇਖ ਲਾ ਇਹ ਮਾੜਾ ਬੋਲਦੇ ਅੱਜ ਆਪ ਕਿਹੜੇ ਕਮੀ ਲੱਗੇ ਪਏ, ਹੈ ਨਾ, ਮਰਜ਼ੀ ਪੈ ਦੇ ਫਿਰ ਭਰਾ ਜੇ ਤੂੰ ਪਿਉਣ 'ਤੇ ਆ ਹੀ ਗਿਆ, ਅਤੇ ਤੈਨੂੰ ਪਤਾ ਮੈਂ ਫੈਂਟਾ ਜਾਂ ਲਿਮਕਾ, ਅਤੇ ਫੈਂਟਾ ਮੇਰੇ ਜਿਹੜੇ ਭਰਾ ਵਲੌਗ ਪੀਂਦਾ ਮੇਰਾ ਬੰਦ ਕਰਾਇਆ ਵਾ, ਸੋ ਲਿਮਕਾ ਲੈ ਕਹਿੰਦੇ ਫੈਂਟਾ ਮਾੜਾ ਹੁੰਦਾ ਸੀ ਇਹਦੇ ਲਈ, ਅਤੇ ਮੈਂ ਹਾਂ ਭਰਾ ਠੀਕ ਆ, ਸੱਚੀ ਮਾੜਾ ਹੁੰਦਾ ਬੜੇ ਵੀਰਾਂ ਨੇ, ਅੱਛੀਆਂ ਦੀਪ ਵੀ ਆ ਗਏ ਕਰਾਇਆ, ਬਸ ਬੇਮਲੂਮਾ ਜਿਹਾ ਬਹੁਤ ਘੱਟ ਵੇਖਣ ਨੂੰ, ਜਿੱਦਾਂ ਅੰਦਰੋਂ ਮਿੰਟੀਰੀਅਰ ਦਾ ਕਾਲਾ ਨਾ, ਛੱਤ ਵੀ ਬਲੈ ਗਿਆ ਉਦਾਂ ਲੱਗਦੇ ਬਹੁਤ ਜ਼ਿਆਦਾ ਕਾਲੇ, ਪਰ ਤੁਸੀਂ ਮੇਰਾ ਭਰਾ ਨਾ ਕਰਾਇਓ ਕਿਉਂਕਿ ਭਾਈ ਨਾਕੇ ਤਾਂ ਲਾਉਣੀ ਪੈਣੀ, ਤਾਂ ਅਸੀਂ ਵੀ ਉਸ ਨਾਲ ਗੱਡੀ ਰੱਖਦੇ ਹਾਂ, ਅਸੀਂ ਹਾਈਵੇ 'ਤੇ ਬਹੁਤ ਘੱਟ ਜਾਂਦੇ ਹਾਂ, ਅਤੇ ਜੇ ਕਿਤੇ ਅਫਸਰ ਕੋਈ ਮਿਲ ਪਏ ਤਾਂ ਜਿਹਨੇ ਕਿਹਾ ਲਾ ਦਿਉ ਤਾਂ ਫਿਰ ਲਾਉਣੇ ਪੈਣੇ ਮੇਰਾ ਭਰਾ, ਉਸ ਹਿਸਾਬ ਨਾਲ ਜਾਲੀਆਂ ਬਣ ਜਾਂਦੀਆਂ ਹੁੰਦੇ, ਇੱਕ ਮੈਨੂੰ ਕੱਲ੍ਹ ਪਰਸੋਂ ਕਬੀਰ ਦੇ ਮੈਂ ਇੰਸਟਾਗ੍ਰਾਮ 'ਤੇ ਵੇਖਣ ਡਿਆ ਸੀ, ਉਹ ਬਾਈ ਨਾ ਜਾਲੀਆਂ ਨਹੀਂ ਬਣਾਉਂਦਾ, ਇੱਕ ਜਿਹੜਾ ਐਕਸਰੇ ਵਾਲਾ ਪੇਪਰ ਹੁੰਦਾ ਨਾ ਉਹਦੀ ਇੱਕ ਫਰੇਮ ਬਣਾ ਕੇ ਦਿੰਦਾ ਵਾ ਸ਼ੀਸ਼ੇ ਦੇ ਹਿਸਾਬ ਨਾਲ, ਹਾਂ ਮੇਰੀ ਜਾਨ ਨਾ ਵੀਰ ਜੀ, ਆਪਾਂ ਸਿਰਫ ਲਿਮਕਾ ਛੋਟੀ ਬੋਤਲ, ਅਤੇ ਉਹ ਵੀਰ ਦਾ ਮੈਂ ਆਈ ਡੀ ਵੇਖਣ ਡਿਆ, ਮੈਨੂੰ ਹੋਰ ਹੀ ਭਰਾਵਾਂ ਦੇ ਕਮੈਂਟ ਆਏ ਸੀ ਕਹਿੰਦੇ ਕਿ ਤੁਸੀਂ ਉਹ ਲੈ ਕੇ ਰੱਖੋ, ਅਤੇ ਹੁਣ ਆਪਾਂ ਉਹ ਬਣਵਾਵਾਂਗੇ ਬਾਈ ਦੇ ਕੋਲੋਂ, ਉਹ ਕੰਟੈਕਟ ਕਰਕੇ ਨਾ ਬਾਈ ਦੇ ਨਾਲ, ਅਤੇ ਉਹ ਚੀਜ਼ ਬਣਵਾਵਾਂਗੇ। ਬਾਕੀ ਮਿੱਤਰੋ ਰਾਣੀ ਅੰਦਰੋਂ ਵਾਸ਼ ਕਰਵਾਈ ਹੈ, ਅੰਦਰੋਂ ਕਹਦੀ ਹੈ ਕਿ ਅੰਦਰੋਂ ਡਰੈਗਲਿੰਗ ਕਰਵਾਉਣ ਲਈ, ਮਾੜੀ ਮੋਟੀ ਇੰਨੀ ਗੰਦੀ ਸਮੈਲ ਆਉਣ ਡਈ ਹੈ ਨਾ ਕਿ ਲਾੜੋ ਸਾਹ ਤੁਹਾਨੂੰ ਦੱਸ ਨਹੀਂ ਸਕਦਾ, ਅਤੇ ਬਾਹਰੋਂ ਵੀ ਦਬਾਉਂਦਾ ਕੋਈ ਫਾਇਦਾ ਨਹੀਂ ਆ, ਅਤੇ ਅੰਦਰੋਂ ਇੱਕ ਰਾਂ ਇਹਨੂੰ ਕਹਿਣਾਗੇ ਕਰਾ ਮੇਰਾ ਭਰਾ ਓਕੇ ਰਿਪੋਰਟ ਕਰਦੇ, ਹੋਰ ਦੀਪ ਆਪਾਂ ਗੱਡੀ ਤੋਂ ਨਹੀਂ ਛੱਡ ਕੇ ਆਉਣੀ, ਚਲੋ ਜੀ ਆ ਆ ਚੱਲਦੇ ਉੱਥੇ ਲਾ ਕੇ ਤਾਂ ਆਪਾਂ ਨਿਕਲ ਜਾਂਦੇ, ਫਿਰ ਉੱਥੇ ਪਾਸੇ ਗਿੜੀ ਛਿੜੀ ਮਾਰ ਕੇ ਆਉਂਦੇ ਹਾਂ, ਕਰਦੇ ਬੰਦ ਵੀ ਮਿੱਤਰ ਪੰਜ ਗੱਡੀ ਧਵਾ ਕੇ ਲਈਏ ਲੈ ਜਾ ਉੱਧਰ ਨੂੰ, ਤੂੰ ਪੈਰ ਸੰਘ ਮਾਰਨਾ ਦੇ ਪੈਰ ਸਿੱਧਾ ਹੀ ਬਾਜ ਜੀ ਆਈ ਤੇ ਪਿੱਛੇ ਮਾਰ ਕੇ ਦਾ ਲੱਗੀ, ਅਰੇ ਯਾਰ ਬਾਈ ਅਬ ਲੱਗ ਗਈ, ਅਬ ਲੱਗ ਗਈ ਬਾਈ ਯਾਰ, ਐਸੇ ਕੈਸੇ ਹੋ ਗਿਆ, ਆਪੇ ਤਾਂ ਕਰਦੇ ਗੱਡੀ ਧੋਣੀ ਲਾ ਕੇ ਨਾ ਉੱਥੇ, ਪਰ ਆਪਣੇ ਬੰਦੇ ਚੱਲੀ ਜਾਂਦਾ ਸੱਜਣਾ ਕੋਈ, ਉਹਨਾਂ ਕੋਲ ਜਿਹੜੇ ਆਪਣੇ ਮੇਰੇ ਸੱਜਣ ਉੱਥੋਂ ਉਹ ਉੱਧਰ ਹੀ ਜਾਂਦੇ ਆ, ਹਾਂ ਉਹਨਾਂ ਕੋਲ ਗੱਡੀ ਲਾ ਕੇ ਉਹਨਾਂ ਕਹਿਣਾ ਸਾਨੂੰ ਅੱਧੇ ਘੰਟੇ ਦੇ ਦਿਓ, ਆਪਾਂ ਇੱਕ ਦੋ ਕੰਮ ਕਰਕੇ ਉਹਨਾਂ ਦੇਖਣੇ ਦੀਪ ਨਾ ਲੈ ਕੇ ਨਾ, ਇਹਨੂੰ ਫੋਨ ਲਾਓ ਇਹ ਸਾਲਾ ਤੇ ਨੱਠ ਚੱਲਿਆ ਲੱਗਦਾ, ਨਹੀਂ ਨੱਠਦਾ ਵੇਖੀ ਕਿੱਦਾਂ ਦਾ ਬਣੀ ਮੈਂ, ਇਹ ਵੀ ਮਿੱਤਰਾ ਮੇਨ ਮੇਨ ਸੜਕਾਂ ਤੇ ਪਾਣੀ ਚੜਿਆ ਫਿਰਦਾ, ਇਹ ਲਾ ਲਓ ਧਿਆਨ ਨਾਲ ਜਾਣ, ਧਿਆਨ ਨਾਲ ਇਹਨਾਂ 'ਚ ਕੋਈ ਇੱਕ ਅੱਧਾ ਜਣਾ ਗਾੜੀ ਹੈਗਾ ਤਾਂ ਇਹਨਾਂ ਨੇ ਬਾਅਦ 'ਚ ਖੁੱਲੇ ਪੈਸੇ ਮੰਗਣੇ ਹੀ, ਇਹ ਡੱਬੇ ਦੀ ਕਸੂਰ ਹੀ ਕੋਈ ਨਹੀਂ ਹੈ, ਅਤੇ ਹੁਣ ਪਾਣੀ ਨਹਾਉਂਦੇ ਫਿਰਦੇ ਆ, ਉਹ ਰਾਹ ਬੰਦ ਕਰਦੇ ਸਾਰੇ ਜਣੇ, ਇੱਧਰ ਹੀ ਪਾਣੀ ਕਿਵੇਂ ਚੜਿਆ ਪਿਆ ਗੁਰੂ ਵੇਲੇ, ਵੇਖੀ 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 ਭਾਂਜੇ ਵੇਖੀ ਬਸ ਵੇਖੀ ਕਦੇ, ਇੱਧਰ ਲਾ ਗੱਡੀ ਤੂੰ ਕਿੱਥੇ ਆ, ਇੱਧਰ ਗਾੜੀ ਲਾ ਟਰੱਕ ਤੂੰ, ਇੱਧਰ ਲਾ ਇੱਧਰ 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 ਕੋਈ ਨੀ, ਆਪਾਂ ਤੇ ਬਸ ਅੰਦਰ ਸਾਫ਼ ਕਰਾਉਣੀ ਹੈ, ਬੰਦੇ ਵੇਹਲੇ ਵਿਹਲੇ ਕਿ ਨਹੀਂ ਵਿਹਲੇ ਇਹਨਾਂ ਦੇ, ਹੋਵਾਂਗੇ ਡਾਰਲਿੰਗ, ਬਾਏ ਬਾਏ, ਬੱਤੀ ਆ ਗਈ ਫੋਨ ਕਰਦੇ ਬੜਾ ਆ, ਗੱਡੀ ਛੱਡ ਜਾਓ ਜਾਂ ਫੋਨ ਕਰਦੇ ਜਾ ਕੇ ਲੈ ਆਵਾਂਗੇ ਉੱਥੋਂ, ਗੱਡੀ ਢਾਡੀ ਟੱਲੀ ਕਰ ਦਾਂਗੇ ਸ਼ਾਮ ਤੱਕ ਜੇ ਬੱਤੀ ਆ ਗਈ, ਤੇ ਬਾਕੀ ਕਰਕੇ ਲਿਫਟ ਗੇਟ ਲਾਉਣੀ ਹੋ, ਬੰਪਰ ਮਾੜਾ ਮਾੜਾ ਨਾਲ ਲੱਗਦੇ ਆ ਨਾ ਕਿਤੇ ਕਿਤੇ, ਚੌਲ ਖਾਦੇ ਜਾਣਗੇ ਚੌਲ, ਫਿਰ ਚੱਲਦੇ ਆ ਬਾਹਰ ਨੂੰ, ਚੌਲ ਬਣੇ ਪਏ ਸੀ ਮੈਂ ਛੱਡਣੇ ਕਿਉਂ, ਉਹ ਸ਼ੀਰੋ ਸ਼ੀਰੋ ਹਾਂ ਖੜੀ ਹਮ ਲੱਖ ਲਾਦਾ ਮਿੱਤਰ
ਚਾਦੀ ਸੇਵਨ ਬਾਰੇ ਨਿਸਾਨ ਖੈਰਾ ਨਾਲ ਕੁਝ ਖਾਣ ਨੂੰ ਲਿਆ ਕੱਲ ਦਸੀ ਆ ਦਾ ਸਮਾਨ ਲੈ ਕੇ ਆਇਆ ਕੁਝ ਖਾਣ ਨੂੰ ਲਿਆ ਕੱਲ ਹੀ ਫੋਗੀ ਚਾ ਨਹੀਂ ਪੀਣੀ ਹੈਗੀ ਮੇਰੇ ਵੀਰੋ ਮੇਰੇ ਵਾਲ ਕਟਾਉਣ ਦੀ ਸੇਵਾ ਕਰ ਦੋ ਨਾ ਉਹ ਕਰ ਦਾਂਗੇ ਪਹਿਲਾਂ ਚਾ ਕੱਲੀ ਨਹੀਂ ਪੀਣੀ ਚਾਹ ਕਲੀ ਨਹੀਂ ਪੀਣੀ ਨਹੀਂ ਪੀਣੀ ਨਹੀਂ ਪੀਣੀ ਨਹੀਂ ਪੀਣੀ ਨਾਲ ਕੁਝ ਖਵਾਇਆ ਜਾਵੇ ਬਿਸਕੁਟ ਆ ਗਿਆ ਨਾ ਸ਼ੀਆ ਉਹ ਤੇਰਾ ਪੜਾ ਵੇ ਜਾ ਕੇ ਇਹਨੂੰ ਦਿੱਤੀ ਵੀ ਨਹੀਂ ਉਹਦਾ ਨੂਡੀਆਂ ਦਾ ਚੀਕਰ ਤੇ ਲਗਾਇਆ ਤੇ ਪੈਰ ਆ ਲਗਾ ਪੂਛ ਤੇ ਹੈਰੀ ਉਂਡਮਾ ਜੀ ਗਿਆ ਬੜੋ ਇੱਕ ਡੱਬਾ ਘੱਟ ਹੈਗਾ ਹੀ ਹੋਵੇ ਬੰਜੇ ਇੱਕ ਡੱਬਾ ਘੱਟ ਬੰਜੇ ਇੱਕ ਡੱਬਾ ਘੱਟ ਹੈ ਬੰਜੇ ਦੋ ਚੱਕ ਰੋਟ ਰੱਖੀ ਨਹੀਂ ਸੀਪ ਲਈ ਤੇ ਕੋਈ ਨਹੀਂ ਲੱਗਦੇ ਸੀਪ ਲਈ ਕੋਈ ਨਹੀਂ ਸੀਪ ਕੋ ਸੀਪ ਲਈ ਸੀਪ ਲਈ ਲਿਆਓ ਵੀ ਡੱਬਾ ਇੱਕ ਲੱਭ ਕੇ ਲਿਆਊਂਗਾ ਆਪੂ ਕਰੋ ਡੱਬਾ ਇੱਕ ਇਹ ਡੱਬੇ ਖੁੱਲ ਕੇ ਖਾਣਾ ਇੱਦਾਂ ਕਰੀਏ ਖੀਨਾ ਬਲੋਗ ਦੇ ਵਿੱਚ ਕੀ ਤਾਂ ਖਾਲੀ ਨਾਲ ਭੈਣ ਚੋ ਜੇ ਖਾਲੀ ਜਾਣ ਖਾਲੀ ਨਹੀਂ ਆ ਖਾਲੀ ਪਰ ਮੈਂ ਖੋਲ ਲੈਣੀ ਨਾ ਖਾਲੀ ਆ ਥੋੜਾ ਥੋੜਾ ਸਮਾਂ ਆ ਗਈ ਆ ਲੈ ਆ ਮੇਰੇ ਕੱਲੇ ਜੋਗਾ ਸੀਪੀ ਦਿਖਾਊਗਾ ਜੋ ਸੀਪੀ ਦੇਵੇਂ ਤੇ ਫਿਰ ਕੰਮ ਖੜਨਾ ਚ ਕੀ ਆ ਦੇਖਿਆ ਜੇ ਕੰਮ ਥੋੜਾ ਥੋੜਾ ਬੜਾ ਸ਼ੈਤਾਨ ਜੇ ਤੂੰ ਹੀ ਉਹਨਾਂ ਨੂੰ ਕਰਦਾ ਆ ਇਹ ਦੁਕਾਨ ਵਾਲੇ ਨਹੀਂ ਹੁੰਦੇ ਕਹਿ ਦੇਣਗੇ ਠੰਡਾ ਲੈ ਆਓ ਠੰਡਾ ਲੈ ਆਓ ਬਾਰਿਸ਼ ਮੇਂ ਪਹਾੜੋਂ ਮੇਂ ਮਤ ਜਾਏ ਨਾ ਮਤ ਜਾਏ ਅਸੀਂ ਉਦਾਂ ਨਹੀਂ ਜਾਂਦੇ ਤੇ ਬਾਰਿਸ਼ ਜ਼ਰੂਰ ਜਾਣਾ ਅਸੀਂ ਉਦਾਂ ਨਹੀਂ ਜਾਂਦੇ ਅਸੀਂ ਤੇ ਅਸੀਂ ਉਦਾਂ ਨਹੀਂ ਨਿਕਲਦੇ ਬੇ ਮਿੱਤਰ ਬੱਚਿਆਂ ਨੂੰ ਤੰਗ ਕਰਨਾ ਲਿਆ ਇਹਨਾਂ ਨੇ ਬਹੁਤ ਜ਼ਿਆਦਾ ਗਲਤ ਗੱਲ ਹੈ ਭਾਂਜੇ ਨਾ ਮੈਂ ਜਨਾਗ ਨੇ ਸ਼ਿਕਾਇਤ ਕਰਤੀਆਂ ਤੇ ਸਾੜਿਆ ਪਤਾ ਨਹੀਂ ਦਾ ਭਰਾਵਾ ਨਾ ਮੈਂ ਇੰਗਲਿਸ਼ ਚ ਗੱਲ ਕਰਦਾ ਕਿਉਂ ਕਰਦੇ ਅਗਲੇ ਨੂੰ ਕਵਾਇਆ ਕਵਾਇਆ ਤੂੰ ਮੂੰਹ ਚੁੱਕੇ ਡੈ ਪੈਂਦੇ ਜਿੱਦਾਂ ਮਰਜ਼ੀ ਮਿਲਾਇਆ ਨਹੀਂ ਤੂੰ ਨੂੰ ਲਵੀ ਨੂੰ ਆਪਣੀ ਬੁਲਾਇਆ ਵੀਰ ਆਪਣੀ ਤਾਂ ਕੋਈ ਬੁਲਾਉਂਦਾ ਨਹੀਂ ਆਪਾਂ ਕਿਤੋਂ ਬੁਲਾਉਣਾ ਤੇ ਲਵੀ ਨੂੰ ਨਹੀਂ ਜਾਣਦਾ ਤੂੰ ਉਹ ਨਹੀਂ ਜਾਣਦਾ ਇਹ ਤਾਂ ਬੜੀ ਮਾੜੀ ਗੱਲ ਹੈ ਸ਼ਿਪ੍ਰੀਤ ਨੂੰ ਨਹੀਂ ਜਾਣਦਾ ਸ਼ਿਪ੍ਰੀਤ ਨੂੰ ਨਹੀਂ ਜਾਣਦਾ ਸ਼ਿਪ੍ਰੀਤ ਸ਼ਿਪ੍ਰੀਤ ਕੱਕੇ ਆਏ ਲੈ ਪਤਾ ਸ਼ਿਪ੍ਰੀਤ ਚਲੋ ਸ਼ਿਪ੍ਰੀਤ ਉਤਰੋ ਸ਼ਿਪ੍ਰੀਤ ਚਲੋ ਚਲਾ ਬਈ ਅੰਡੇ ਵਾਲੇ ਨਿਆਣੇ ਹੁੰਦੇ ਉਹਨਾਂ ਨੂੰ ਫਰੈਂਕ ਕਦੋਂ ਦੇ ਉਹਨੂੰ ਉਹਨੂੰ ਤਾਂ ਨਜ਼ਰ ਆਜੋ ਆਜੋ ਉਹਨੇ ਕਿੰਨਾ ਕੋਈ ਦੱਸ ਜਾਣਾ ਸੀ ਹਾਂ ਭਾਈ ਦੇਖਿਆ ਮੈਂ ਤੁਹਾਨੂੰ ਆਹਾਂ ਮਿੱਤਰਾ ਇਕੱਠੀਆਂ ਲੱਗੀਆਂ ਅੱਜ ਤੇਰਾ ਭਲਾ ਜੇ ਚਲੋ ਬਈ ਨਿਕਲੋ 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 ਚਲੋ ਜੀ ਆਪਾਂ ਚੱਲੀਏ ਭਾਂਜੀ ਆਪਣੀ ਰਾਣੀ ਦੀ ਆ ਜਾ ਫਿਰ ਤੂੰ ਇੱਧਰ ਮੈਂ ਚਲਾਉਂਗਾ ਸਿਆਣੇ ਇੱਥੇ ਫਿਰ ਮਿੱਤਰ ਆ ਗਈ ਬਣਿਆ ਪਿਆ ਸਣੀ ਇਹ ਸੱਦ ਕੀ ਪਾਇਆ ਜੀ ਬੁਕਿੰਗ ਤਾਂ ਕਰਾਈ ਨਿਸ਼ਾਨ ਦੇ ਵਾਲਾਂ ਦੀ ਅੱਛਾ ਕਲਰ ਕਰਨ ਦੇ ਆਪਣੇ ਕਰਨ ਦੇ ਮੇਰੇ ਕਰਦੇ ਇੱਕ ਅੱਧੀ ਲੜ ਜੀ ਮੇਰੇ ਕਰਦੇ ਛੱਲੀ ਖਾਈ ਜਾਏਗੀ ਇੱਧਰੋਂ ਆ ਦੇਖ ਇੱਧਰੋਂ ਖਲਾਉਣ ਡਿਆ ਵੇਖ ਇਹ ਟਕੀ ਬਣ ਲਾ ਬੰਦੇ ਪਤਾ ਨੂੰ ਬੰਦੇ ਬਹੁਤ ਜ਼ਿਆਦਾ ਆ ਪੜਾਉਣੇ ਬਹੁਤ ਔਖੇ ਆ ਚੱਲ ਵੀ ਯਾਰੀ ਚੱਲ ਵੀ ਖਰਿਆ ਟੱਕੀ ਕੱਢੀ ਵੇ ਗੁਰਾ ਲੈ ਗਿਆ ਸਾਈ ਨੱਪ ਕੇ ਹੈ ਨਿੰਬੂ ਲੱਗਦੀ ਬਾਈ ਏਡੇ ਦੰਦੀ ਬੜਾ ਦੇ ਲੈ ਬਾਈ ਨਹੀਂ ਨਹੀਂ ਨਿੰਬੂ ਨਹੀਂ ਹੈਗਾ ਨਿੰਬੂ ਤੇ ਬਣਾ ਕੱਲ ਨਹੀਂ ਬੰਨੀ ਨਿੰਬੂ ਨਿੰਬੂ ਲਾ ਕੇ ਮਜ਼ਾ ਜਿਹੜਾ ਆਉਂਦਾ ਨਾ ਉਹਦੇ ਨਾਲ ਰੀਸ ਨਹੀਂ ਬਹੁਤ ਥੋੜਾ ਲਾ ਇੱਕ ਹੋਰ ਲੈ ਲੈ ਬਾਲੇ ਤੱਤੇ ਵਰਨ ਡੇ ਗੁਰਾ ਛੱਲੇ ਖਾ ਸਕਦੇ ਆ ਪੋਚੇ ਕਿੱਥੇ ਛੱਲੇ ਲੱਗੇ ਨੇ ਉੱਥੇ ਪੜਾ ਜਵੇ ਹਲ ਮੇਲੀ ਇੱਕ ਮੰਗਾਈ ਦੋ ਲੈ ਦੇਸ਼ਾ ਲੈ ਹਰੀ ਤੇਰੀ ਟੱਕੀ ਨਹੀਂ ਗਈ ਹਰੀ ਤੇਰੀ ਟੱਕੀ ਨਹੀਂ ਗਈ ਜੀ ਗੁਰੂ ਕੰਮ ਛਲਿਓ ਛਲੀ ਹੋ ਗਿਆ ਜੇ ਫਿਰ ਤੇਰਾ ਭਲਾ ਨਿਸ਼ਾਨ ਖਾਣੇ ਛਲੀ ਖਾਣੇ ਆ ਲੈ ਵੀਰ ਲਿਆ ਦੇ ਇੱਧਰ ਛਲੀ ਤਾਂ ਕੋਈ ਨਾ ਨਹੀਂ ਦੂਜੀ ਛਲੀ ਹੋਇਆ ਠੀਕ ਆ ਪਤਾ ਹੀ ਆ ਬਈਆਂ ਮਿੱਤਰਾ ਤੂੰ ਫੋਨ ਤੇ ਲੱਗਾ ਵਾਲ ਕਿਟਾ ਲੈ ਪਹਿਲਾਂ ਕੀ ਚਾਹੀਦਾ ਸ਼ਾਪੀ ਘੱਟਣੀ ਚਾਹੀਦੀ ਆਪਾਂ ਜਿਮ ਵੀ ਜਾਣਾ ਯਾਰ ਜਿਮ ਪਰ ਆਪਾਂ ਉੱਥੇ ਹੀਰੋ ਵੀ ਲਾ ਲੈਣਾ ਆਪਾਂ ਸਾਰੇ ਜਾਊ ਤੁਸੀਂ ਮੇਰੇ ਨਾਲ ਸਾਰੇ ਤੁਸੀਂ ਲੜਕੀ ਦਾ ਮਨ ਜਿਮ ਤੋਂ ਤੁਸੀਂ ਸਾਰੇ ਮੇਰੇ ਨਾਲ ਜਾਓ ਇਹ ਥਾਸ ਥਾਰਦੀ ਆ ਫੜਾ ਦੇ ਮੈਂ ਭਰਾ ਆਪ ਆ ਲੈ ਫੜ ਅੱਛਾ ਠੀਕ ਆ ਵੇਲਾ ਜਦੋਂ ਮੈਂ ਗਿਆ ਉਹਨੇ ਫੋਨ ਤੇ ਲੱਗਾ ਹੁਣ ਵੀ ਲੱਗਾ ਲੈ ਇਹ ਬਿਜ਼ੀ ਰਹਿੰਦਾ ਬਿਜ਼ੀ ਰਹਿੰਦਾ ਪਊ ਡੱਬੀ ਤੇ ਮਤਰਾ ਓਕੇ ਰਿਪੋਰਟ ਹੋ ਗਿਆ ਜੀ ਤਾਂ ਕਈ ਭਰਾਵਾਂ ਦੇ ਮੈਸੇਜ ਆਉਣ ਦੇ ਕਮੈਂਟ ਆਉਣ ਦੇ ਕਿ ਬਾਈ ਮੁੱਛਾਂ ਨਿੱਕੀਆਂ ਕਰਾਤੀਆਂ ਜਾਨ ਮੇਰੀ ਨਿੱਕੀਆਂ ਨਹੀਂ ਕਰਾਈਆਂ ਜਿਹੜੇ ਵਾਲ ਵੂਲ ਮਾੜੇ ਮੋਟੇ ਲੰਮੇ ਲੰਮੇ ਅੱਗੇ ਪਿੱਛੇ ਹੁਣ ਜਾਂਦੇ ਸੀ ਨਾ ਉਹ ਕਰਾਏ ਸੈੱਟ ਵੇਖੀ ਵੇ ਭਾਈ ਬਾਤ ਕਰੀ ਜਾਂਦਾ ਆ ਹੈਂ ਗੱਲਬਾਤ ਕਰ ਲੈਂਦੇ ਸੱਜਣਾ ਨਾ ਮੇਰੇ ਨਾ ਹੈ ਜਾਨ ਮੇਰੀ ਇਹ ਬਸ ਦਸ ਦਿਨਾਂ ਦੀ ਖੇਡ ਫਿਰ ਉੱਥੇ ਤੱਕ ਪਹੁੰਚ ਜਾਣੀ ਆ ਇਹ ਹਨਾ ਸੋ ਨਿਸ਼ਾਨ ਮੋਤਨ ਗਿਆ ਮੋਤਨ ਲੱਗੇ ਉਹਦਾ ਹੋ ਗਿਆ ਟਾਈਮ ਚਲੋ ਚੱਲੀਏ ਬੁਆਂਸੇ ਜੇ ਹਟਿਆ ਰਹੇ ਬਾਹਲੀ ਚੰਗੀ ਗੱਲ ਆ ਜਿਹੜੇ ਹਿਸਾਬ ਨਾਲ ਪੰਜਾਬ ਦਾ ਮਾਹੌਲ ਖਰਾਬ ਕੀਤਾ ਮੀਂਹ ਨੇ ਐਤਕੀ ਬਹੁਤ ਜ਼ਿਆਦਾ ਗਲਤ ਗੱਲ ਆ
ਗੱਲ ਉਹੀ ਹੋ ਗਈ ਕਹਿੰਦੇ ਭਗਵੰਤ ਮਾਨ ਕਹਿੰਦਾ ਸੀਗਾ ਵੀ ਐਦਕੀ ਚੁਜੀਰੀ ਵਾਲੀ ਪਾਣੀ ਨੀ ਮੁੱਕਣ ਦੇਣਾ ਸਹੀ ਗੱਲ ਹੈ ਮਾਨ ਸਾਹਿਬ ਤੁਹਾਡੀ ਗੱਲ ਸੱਚ ਹੋ ਗਈ ਹੈ ਓਕੇ ਰਿਪੋਰਟ ਕਰਾਤਾ ਜੇ ਹੈ ਪਾਣੀ ਸੁੱਕ ਜੂ ਘਰਾਂ ਚ ਆਇਆ ਪਾਣੀ ਸੁੱਕ ਜੂ ਪਰ ਜਿਹੜੇ ਢੱਠ ਹੀ ਗਏ ਆ ਉਹ ਸਭ ਤੋਂ ਜ਼ਿਆਦਾ ਮਾੜੀ ਗੱਲ ਹੋਈ ਆ ਲਾਬੇ ਮਿੱਤਰਾ ਇਹ ਬਾਰੀ ਨਾ ਅੰਦਰੋਂ ਖੁੱਲਦੀ ਨਾ ਬਾਹਰੋਂ ਖੁੱਲਦੀ ਤਾਂ ਫੇਰ ਮਾਰ ਮਾਰ ਖੁੱਲਣੀ ਪੈਂਦੀ ਆ ਏਦਾਂ ਖੁੱਲਦੀ ਇਹਨੂੰ ਹੱਥ ਬਹਿ ਗਈ ਆ ਕੁੱਟ ਖਾਣ ਦੀ ਹੱਥ ਬਹਿ ਗਈ ਇਹਨੂੰ ਓਕੇ ਗੁੱਡ ਨਾਈਟ ਲਵ ਯੂ ਸਵੀਟ ਡ੍ਰੀਮਸ ਅੱਜ ਨਹੀਂ ਗੁੱਡ ਨਾਈਟ ਹੁੰਦੀ ਅੱਜ ਅੱਜ ਤਾਂ ਬਹੁਤ ਫਨ ਕਰਨਾ ਇਹਨਾਂ ਮੁੰਡਿਆਂ ਨੇ ਤੁਸੀਂ ਪੂਲ ਖੇਡ ਲਿਓ ਅਸੀਂ ਜਿੰਮ ਲਾ ਲਾਂਗੇ ਹੈਂ ਉਹ 11 ਨਿਸ਼ਾਨ ਨੇ ਕੀਤੀ ਗੱਲ ਕਹਿੰਦਾ 11 ਤੱਕ ਉੱਥੇ ਆ ਜਾਓ ਚੱਲੀਏ ਚਲੋ ਜੀ ਤਵਾ ਲਾਉਣ ਵਾਲੀ ਗੱਲ ਕੋਈ ਛੱਡਦੇ ਆ ਨਾ ਦੀ ਨਾਲ ਚੜ ਜਾਂਦੇ ਵੇਖਿਆ ਨਾ ਬੰਦਾ ਮਾੜਾ ਕੋਡਾ ਆਇਆ ਚੱਲ ਉੱਤੇ ਪਰ ਪੁੱਤ ਕੀ ਹਾਲ ਆਇਆ ਥੱਲੇ ਰੱਖਿਆ ਨੀ ਆਏ ਬਾਈ ਸਾਨੂੰ ਨਾ ਲਿਫਟ ਦੇ ਵਿੱਚ ਇੱਕ ਬਾਈ ਮਿਲਿਆ ਜਮੈਂਟੋ ਦਾ ਕੰਮ ਕਰਦਾ ਇਹਦੇ ਬਾਈ ਕਹਿੰਦਾ ਕਹਿੰਦਾ ਵੈਸੇ ਨੇ ਆਰਡਰ ਬੰਦ ਹੀ ਕੀਤੇ ਆ ਕਹਿੰਦਾ ਕੱਲ੍ਹ ਬੰਦਾ ਕਹਿੰਦਾ ਮੈਂ ਚਾਰ ਵਾਲ ਫਸ ਗਿਆ ਚਾਰ ਵਾਲ ਮੇਰਾ ਸਕੂਟਰ ਬੰਦ ਹੋ ਗਿਆ ਅਤੇ ਜਿਹੜੇ ਬੰਦੇ ਇੱਦਾਂ ਜਿਹੜੇ ਮੋਟਰ ਸਕੂਟਰ ਵਾਲੇ ਦੇ ਵੀਡੀਓ ਬਣਾ ਬਣਾ ਪਾਉਂਦੇ ਆ ਨਾ ਕਿ ਸੰਡੇ ਹੁੰਦੇ ਮੈਂ ਸਾਰਾ ਜਿਹੜਾ ਵੇਖੀਆਂ ਸਿੰਗਰਾਂ ਸੁੰਗਰਾਂ ਦੀਆਂ ਨਾ ਕਰਿਆ ਕਰੋ ਮੇਰਾ ਭਰਾ ਮਜਬੂਰੀ ਤੋਂ ਕੰਮ ਕਰਦੇ ਆ ਅਗਲੇ ਹੈਨਾ ਸਨੈਪਚੈਟ ਬਣਾਉਣੀ ਤਾਂ ਬੜੀ ਸੌਖੀ ਆ ਆਪਣੇ ਬੰਦੇ ਦੇ ਕਹਿੰਦੇ ਭਾਈ ਆਪਣੇ ਤੇ ਕਹਿੰਦੇ ਭਾਈ ਨਾ ਠੀਕ ਆ ਤਾਰੀ ਕੱਲਾ ਵੀ ਜਾਣਾ ਤਾਰੀ ਤਰਪਣਾ ਤੇ ਬਾਦਾਂ ਦੇ ਕਾਬੂ ਰੱਖ ਤੇਰਾ ਲਾਸ ਲਾਸ ਜਾਣਾ ਸਭ ਕੁਝ ਜਾਂ ਪੀ ਜਾਣਾ ਤੇ ਲੈ ਚਲੋ ਜੀ ਚਲੋ ਅਸ਼ੀਆਂ ਸਿਮੂ ਦੇ ਲੈ ਰੋ ਆਈ ਫਰਿੱਜ ਕੋਣ ਮੜੀ ਵਿਖਾ ਮੈਂ ਫਰਿੱਜ ਕੀ ਨਾ ਦੇਖ ਲਾ ਤੂੰ ਭੈਣ ਜੋ ਨਾ ਹਟਦਾ ਨਹੀਂਗਾ ਗਾਲਾਂ ਤੇ ਤਾਂ ਐਡਜਸਟ ਹੋ ਜਾਊਗਾ ਕੀ ਆ ਆ ਤੈਨੂੰ ਐਡਜਸਟ ਹੋਣਾ ਹਾਂ ਹਾਂ ਚਲ ਠੀਕ ਆ ਤੂੰ ਕਿਹੜੀ ਖਾਣਾ ਸਾੜਿਆ ਮਜ਼ਾਕ ਕਰਦਾ ਇਹਨਾਂ ਨੂੰ ਯਾਰ ਪਾਦਾ ਨੀ ਮੈਂ ਤੜਕੇ ਹੀ ਜੰਜ ਲੈ ਕੇ ਟੁੱਕ ਜਾਂਜ ਰੋਲਾ ਮੁੱਕੇ ਹਰ ਫਾਰਦਾ ਨੀ ਮੈਂ ਚੜਦੇ ਪੰਜਾ ਪੋਇਓ ਕਰਾਚੀ ਦੀ ਆਵੇ ਵਾਸ਼ਨਾ ਜੋ ਮਿੱਠੀ ਮਿੱਠੀ ਰਾਚੀ ਦੀ ਮੋਹ ਤੇਰੇ ਨਾਲ ਜਾਨ ਨਾ ਵੱਧੀ ਨੀ ਤੇਰੀ ਸੀਰਤ ਜੋ ਗੀਤਾਂ ਵਾਲੀ ਕਾਪੀ ਨੀ ਹਾਏ ਚੜ ਜੇ ਜੇ ਫਿਰ ਨੀ ਉਹ ਲੱਥਦਾ ਹਾਏ ਚੜ ਜੇ ਜੇ ਫਿਰ ਨੀ ਉਹ ਲੱਥਦਾ ਉਹ ਤਾਂ ਪਹਿਲੇ ਪਹਿਲੇ ਪਿਆਰ ਦਾ ਨੀ ਮੈਂ ਤੜਕੇ ਹੀ ਜੰਜ ਲੈ ਕੇ ਟੁੱਕ ਜਾਂਜ ਰੋਲਾ ਮੁੱਕੇ ਹਰ ਪਾਰਦਾ ਨੀ ਮੈਂ ਤੜਕੇ ਹੀ ਜੰਜ ਲੈ ਕੇ ਟੁੱਕ ਜਾਂਜ ਰੋਲਾ ਮੁੱਕੇ ਹਰ ਪਾਰਦਾ ਗੱਲ ਕਰਾਂ ਮੋਦੀ ਨਾਲ ਕੰਮ ਹੋ ਜੇ ਲੋਟਣੀ ਤੇਰੇ ਨਾਮ ਨਾਲ ਲੱਗੇ ਮੇਰਾ ਗੋਤਨੀ ਬੇਬੇ ਰੱਖੂ ਤੈਨੂੰ ਕਲੀਆਂ ਦੇ ਵਾਂਗਰ ਤੂੰ ਵੀ ਪਿਆਰ ਦੀ ਨਾ ਆਉਣ ਦੇ ਵੀ ਤੋਟਨੀ ਪ੍ਰੀਤ ਕਰ ਗਿਆ ਨਸ਼ਾ ਤੇਰੀ ਅੱਖ ਦਾ ਹਰ ਪ੍ਰੀਤ ਕਰ ਗਿਆ ਨਸ਼ਾ ਤੇਰੀ ਅੱਖ ਦਾ ਜੋ ਕੋਈ ਵਾਦ ਨਾ ਉਤਾਰਦਾ ਹੰਗੀ ਮੈਂ ਤੜਕੇ ਹੀ ਜੰਜ ਲੈ ਕੇ ਟੁੱਕ ਜਾਂਜ ਰੋਲਾ ਮੁੱਕੇ ਹਰ ਪਾਰਦਾ ਨੀ ਮੈਂ ਤੜਕੇ ਹੀ ਜੰਜ ਲੈ ਕੇ ਟੁੱਕ ਜਾਂਜ ਰੋਲਾ ਮੁੱਕੇ ਹਰ ਪਾਰਦਾ ਵਾਹ ਜੀ ਵਾਹ ਸ਼ਾਮੀ ਆਪਾਂ ਫਲੈਟ ਦੀ ਸਫਾਈ ਕਰਕੇ ਨਹਾ ਦੋ ਉੱਥੇ ਸੋਣਾ ਵਾ ਸਫਾਈ ਤੇ ਕਰਤੀ ਫਲੈਟ ਦੀ ਉਧਰ ਵਾਲੇ ਦੀ ਜਾਣਾ ਪੈਣਾ ਪੰਜ ਦਿਨ ਉਧਰ ਦੀ ਵੀ ਕਰਾਉਣੀ ਮੈਂ ਮਨਪ੍ਰੀਤ ਨੂੰ ਭੇਜਦਾ ਉਹ ਕਰਦੇ ਨੇ ਸਵੇਰੇ ਮਨਪ੍ਰੀਤ ਨਾਲ ਖੜਾਈ ਤੇ ਇੱਧਰ ਵੀ ਕਰਾਉਣੀ ਭੱਜ ਕੇ ਫੜ ਲੈਣੀ ਤੂੰ ਜਿੰਨੀ ਸਪਿੰਡ ਤੇਰੀ ਮੀਂਹ ਪੈਂਦਾ ਨੀਂਦ ਟੈਮ ਹੋ ਗਿਆ 12 ਵਜੇ ਉੱਤੇ ਤੇ ਸੋ ਅੱਜ ਵੇਲੋ ਫਿਰ ਜਿਮ ਮਿਸ ਹੋਇਆ ਤੇ ਬਾਬਾ ਸੁੱਖ ਰੱਖੇ ਸਵੇਰੇ ਜਿਮ ਨੀ ਮਿਸ ਹੁੰਦਾ ਮੀਂਹ ਦਾ ਕਰਕੇ ਨਾ ਯਾਰ
ਵੱਧ ਘੱਟ ਚੀਜ਼ਾਂ ਹੋ ਜਾਂ ਖਾਧੀਆਂ ਜਾਂਦੀਆਂ ਕਿ ਚੱਲ ਕੋਈ ਨਹੀਂ ਮੀਂਹ ਪੈਣ ਡਿਆ ਮੌਸਮ ਹੋ ਜਾਂਦਾ ਨਾ ਕਦੀ ਪਕੌੜੇ ਖਾ ਲਾ ਕਦੀ ਕੁਛ ਖਾ ਲਾ ਕੱਲ੍ਹ ਨਹੀਂ ਹੁਣ 12 ਵਜੇ ਆਪਾਂ ਪੂਰੀ ਸੁਹਾਣਾ ਉੱਠਾਂਗੇ 8 ਵਜੇ ਜਾਂ 7 ਵਜੇ ਪੂਰੀ 7 ਘੰਟਿਆਂ ਤੋਂ 8 ਘੰਟਿਆਂ ਨੀਂਦ ਪੂਰੀ ਕਰਕੇ ਫਿਰ ਓਕੇ ਹੈ ਵੀ ਮਿੱਤਰਾ ਜਦੋਂ ਤੱਕ ਆਪਣੀ ਰੋਟੀ ਨਹੀਂ ਆਉਂਦੀ ਉਦੋਂ ਤੱਕ ਆਪਾਂ ਤੁਹਾਡੇ ਨਾਲ ਗੱਲਬਾਤ ਮਾਰਦੇ ਅਤੇ ਗੱਲਬਾਤ ਇਹ ਕਰਨੀ ਮੈਂ ਕਮੈਂਟ ਪੜ੍ਹਨ ਦਾ ਬੜਾ ਸੋਹਣਾ ਕਮੈਂਟ ਬਾਈ ਨੇ ਕੀਤਾ ਅਤੇ ਮੈਨੂੰ ਕਮੈਂਟ ਪੜ੍ਹ ਕੇ ਸਵਾਦ ਹੀ ਆ ਗਿਆ ਕਹਿੰਦਾ ਬਾਈ ਜਦੋਂ ਕਈ ਲੋਕਾਂ ਨੂੰ ਫੇਮ ਵੱਲੋਂ ਘੱਟ ਜਾਂਦਾ ਅਤੇ ਉਹ ਢਿੱਲੋ ਪੀਰ ਦੇ ਕੋਲ ਆ ਜਾਂਦੇ ਜਾਣ ਮੇਰੀ ਇਹ ਤੇਰੀ ਗੱਲ ਬਿਲਕੁਲ ਸੱਚੀ ਆ ਬੜੇ ਲੋਕ ਇੱਦਾਂ ਦੇ ਹੈਗੇ ਮੇਰੇ ਟੱਚ ਦੇ ਵਿੱਚ ਕਿ ਜਦੋਂ ਉਹਨਾਂ ਦੇ ਸਟੋਰੀਆਂ ਦੇ ਫੋਲੋਵਰ ਜਾਂ ਘੱਟਣ ਰਹਿ ਪੈਂਦੇ ਜਾਂ ਲਾਈਕ ਵੀ ਉਹ ਘੱਟ ਜਾਂਦੇ ਆ ਫਿਰ ਉਹ ਜ਼ਰੂਰ ਆਉਂਦੇ ਆ ਉਹਨਾਂ ਦੇ ਉਹ ਇਹੋ ਜਿਹੇ ਬੰਦੇ ਹੁੰਦੇ ਆ ਮੈਂ ਕਹਿ ਰਿਹਾ ਹੱਸਦਾ ਨਾ ਕਿ ਜਦੋਂ ਮੇਰੇ ਕੋਲ ਆਉਂਦੇ ਨਾ ਹਾਲ ਚਾਲ ਤਾਂ ਪੁੱਛਦਾ ਪੁੱਛਣਾ ਮਾੜਾ ਮੋਟਾ ਪੁੱਛ ਕੇ ਕੈਮਰਾ ਉਹਨਾਂ ਦਾ ਪਹਿਲਾਂ ਖੁੱਲ੍ਹਾ ਹੁੰਦਾ ਵਾ ਬੜੇ ਤਰ੍ਹਾਂ ਤਰ੍ਹਾਂ ਦੀ ਇੱਥੇ ਦੁਨੀਆ ਆਉਂਦੀ ਆ ਕਿ ਜਦੋਂ ਉਹਨਾਂ ਨੇ ਆਉਣਾ ਵਾ 2-4 ਦਿਨ ਸਟੋਰੀਆਂ ਵੀਡੀਓ ਨਾ ਰਹਿਣਾ ਵਾ ਫੋਟੋ ਸਟੋਰੀਆਂ ਬਣਾ ਲੈਣੀਆਂ ਵਾ ਦੋਵਾਂ 4 ਤਹਾਂ ਦਾ ਸਟੋਕ ਨੂੰ ਹੌਲੀ ਹੌਲੀ ਪਾਉਂਦੇ ਰਹਿਣਾ ਵਾ ਅਤੇ ਫਿਰ ਜਦੋਂ ਮੁੱਕ ਜਾਣਾ ਫਿਰ ਉਹਨਾਂ ਨੇ ਆ ਜਾਣਾ ਅਤੇ ਮੈਂ ਉਹਨਾਂ ਨੂੰ ਕਦੀ ਆਖਿਆ ਨਹੀਂ ਤੁਸੀਂ ਇਹ ਕੰਮ ਲਈ ਆਉਂਦੇ ਪਤਾ ਮੈਨੂੰ ਹੈਗਾ ਵਾ ਇੱਦਾਂ ਦੇ ਜੇ ਮੱਲਾ ਮੇਰੇ ਮੈਂ 100 ਬੰਦੇ ਨਾਲ ਵਰਤਦਾ ਤਾਂ 100 ਦੇ ਵਿੱਚ ਚਲਾ ਲਓ ਸਭ ਕਿ 20 ਬੰਦੇ ਇੱਦਾਂ ਦੇ ਹੋਣਗੇ ਜਿਹੜੇ ਸਿਰਫ ਇਸ ਚੀਜ਼ ਨਾਲ ਆਪਣੇ ਨਾਲ ਵਰਤਦੇ ਆ ਅਤੇ ਜਦੋਂ ਹੁਣ ਜਮ੍ਹਾਂ ਹੀ ਮੈਂ ਕਈਆਂ ਬੰਦਿਆਂ ਦੀਆਂ ਸਟੋਰੀਆਂ ਆਪਾਂ ਨੂੰ ਹਟ ਹੀ ਗਿਆ ਕਿ ਸਟੋਰੀ ਆਪਾਂ ਕਿਸੇ ਦੀ ਪਾਉਣੀ ਨਹੀਂ ਜਦੋਂ ਬੈਠੇ ਕਿਲੋ 'ਤੇ ਪਾ ਦੇ ਕੁਛ ਬੰਦੇ ਇਹੋ ਜਿਹੇ ਆ ਕੁਛ ਬੰਦੇ ਕਿ ਜਿਹੜੇ ਉਹਨਾਂ ਹੀ ਹਟ ਗਏ ਆ ਉਹਨਾਂ ਨੂੰ ਪੱਖੋ ਕੇ ਦਾ ਰਾਹ ਹੀ ਭੁੱਲ ਗਿਆ ਕਿ ਢਿੱਲੋ ਨੇ ਕਿਹੜੀ ਹੋਣਾ ਦੀ ਸਟੋਰੀ ਪਾਉਣੀ ਆ ਆਪਾਂ ਉੱਥੇ ਜਾ ਕੇ ਕਰਨਾ ਕੀ ਆ ਹੈ ਨਾ ਇੱਦਾਂ ਦੇ ਬੰਦੇ ਵੀ ਹੈਗੇ ਆ ਅਤੇ ਆਹ ਹਾਲ ਹੈ ਲੋਕਾਂ ਦਾ ਮਤਲਬ ਦੀ ਯਾਰੀ ਹੈਗੀ ਆ ਸਾਰੇ ਮੇਰੇ ਯਾਰ ਬੜੇ ਘੈਂਟ ਆ ਬਸ ਕੁਛ ਮੈਂ ਜੇ 100 ਯਾਰ 100 ਜਾਂ 20 ਬੰਦੇ ਇਹੋ ਜਿਹੇ ਆ ਬਾਕੀ ਆਪਣੇ ਘੈਂਟ ਭਰਾ ਸਾਰੇ ਅਤੇ ਉਹਨਾਂ ਨੂੰ ਅਸੀਂ ਕੁਛ ਕਹਿੰਦੇ ਨੇ ਜਿਹੜੇ ਮਤਲਬ ਕੱਢਣ ਉਹਦੇ ਪਤਾ ਮੈਨੂੰ ਹੈਗਾ ਵਾ ਮੈਂ ਕਹਿੰਦਾ ਕੁਛ ਨਹੀਂ ਆਪਣੇ ਮੂੰਹ ਚੱਲ ਕੋਈ ਨਹੀਂ ਯਾਰ ਜੇ ਸਾਡੇ ਕਹਿੰਦਾ ਥੋੜ੍ਹਾ ਬਹੁਤਾ ਭਲਾ ਹੁੰਦਾ ਜਾਂ ਫਾਇਦਾ ਹੁੰਦਾ ਕੋਈ ਨਹੀਂ ਮਿੱਤਰਾ ਰੋਟੀ ਆ ਗਈ ਉਹ ਯਾਰ ਉਹਨਾਂ ਦੀ ਹੈ ਮੈਂ ਰਾਤ ਨੂੰ ਰੋਟੀ ਖਾਂਦਾ ਨਹੀਂ ਪਰ ਅੱਜ ਖਾਣੀ ਪੈਣੀ 12:30 ਆ ਕੇ ਰੋਟੀ ਖਾ ਗਿਆ ਆਪਾਂ 15 ਕੁ ਮਿੰਟ ਤੁਰਾਂ ਫਿਰਾਂਗੇ ਅਤੇ ਫਿਰ ਆਪਾਂ ਜਾਣਾ ਸੌਂ ਹੈ ਕਿਆ ਬਾਤ ਹੈ ਤੁਹਾਨੂੰ ਵੇਖ ਕੇ ਭੁੱਖ ਲੱਗ ਜਾਣੀ ਜਿਹੜੇ ਇਸ ਵੇਲੇ ਮੇਰਾ ਵਲੋਗ ਵੇਖਣਦੇ ਨਾ ਜੇ ਤੁਸੀਂ ਰਾਤ ਨੂੰ ਵਲੋਗ ਦੇਂਦੇ ਤਾਂ ਤੁਸੀਂ ਭੱਜੋਗੇ ਰਸੋਈ ਵੱਲੋ ਫਿਰ ਹੈ ਆ ਜਗੜ ਜਾਵੇ ਅਸੀਂ ਥੋੜ੍ਹੀ ਜਿਹਾ ਐਂਟਰੀਆਂ ਕਰਾ ਕੇ ਆਪੇ ਤੁਸੀਂ ਆ ਜਾਂਦੇ ਜੀ ਦੱਸਦੇ ਨਹੀਂ ਜੀ ਐਂ ਭਾਂਜਿਆ ਮੈਂ ਜਾਂ ਸ਼ਟਾ ਸ਼ਟਾ ਭੱਜਦੇ ਬੰਦੇ ਉੱਥੋਂ ਅਤੇ ਸਿੰਮੂ ਕਿੱਥੇ ਜਾਵੇ ਵਿਚਾਰਾ ਉੱਥੋਂ ਮਿਲਦੇ ਹਾਂ ਕੱਲ੍ਹ ਨਵੇਂ ਵਲੋਗ ਦੇ ਨਾਲ ਲੈ ਕੇ ਆਉਂਦੇ ਹਾਂ ਘੈਂਟ ਜਿਹਾ ਵਲੋਗ ਕੱਲ੍ਹ ਤੁਹਾਡੇ ਲਈ ਹੈ ਨਾ ਬਾਬਾ ਸੁੱਖ ਰੱਖੇ ਕਿ ਮੀਂਹ ਹਟ ਜੇ ਅਤੇ ਫਿਰ ਪਿੰਡ ਹੀ ਚੱਲ ਜਾਈਏ ਪਿੰਡ ਨਾ ਜਾਣ ਦਾ ਕਾਰਨ ਇਹੋ ਆ ਕਿ ਬਹੁਤ ਜ਼ਿਆਦਾ ਹੀ ਰਾਹ ਦੇ ਵਿੱਚ ਮਾਹੌਲ ਖਰਾਬ ਹੈ ਪਾਣੀ ਵੱਲੋਂ ਮੈਨੂੰ ਇਹ ਆ ਕਿ ਰਾਹ 'ਚ ਨਾ ਕਿਤੇ ਫਸੇ ਰਹੀਏ ਹੈ ਨਾ ਤਾਂ ਕਰਕੇ ਕਿ ਚੱਲ ਚੁੱਪ ਟਿਕੇ ਇੱਥੇ 1-2 ਦਿਨ ਲੇਟ ਚੱਲ ਜਾਂ ਕੋਈ ਗੱਲ ਨਹੀਂ ਹੈ ਅਤੇ ਬਾਕੀ ਅੱਜ ਇੱਕ ਹੋਰ ਚੀਜ਼ ਵੇਖੀ ਕਮੈਂਟਾਂ ਦੇ ਵਿੱਚ ਬਾਈ ਕਹਿੰਦਾ ਕਹਿੰਦਾ ਜਿੰਨੇ ਵਿਊ ਜਾਂਦੇ ਉਸ ਨਾਲ ਲਾਈਕ ਨਹੀਂ ਕਮੈਂ ਆਪਣੇ ਵਲੋਗ ਨੂੰ ਆਉਂਦੇ ਉਹ ਚੀਜ਼ ਮੈਂ ਹੀ ਵੇਖੀ ਯਾਰ ਗਲਤ ਗੱਲ ਹੈ ਨਾ ਬਹੁਤ ਜ਼ਿਆਦਾ ਤੁਸੀਂ ਵਲੋਗ ਵੇਖ ਲੈਂਦੇ ਜੀ ਅਤੇ ਨਾ ਤੁਸੀਂ ਕਮੈਂਟ ਕਰਦੇ ਜੀ ਅਤੇ ਨਾ ਤੁਸੀਂ ਲਾਈਕ ਕਰਦੇ ਜੀ ਅਤੇ ਨਾ ਤੁਸੀਂ ਸਬਸਕ੍ਰਾਈਬ ਕਰਦੇ ਜੀ ਵਲੋਗ ਤੁਹਾਨੂੰ ਚੰਗੇ ਲੱਗਦੇ ਆ ਅਤੇ ਫਿਰ ਸਬਸਕ੍ਰਾਈਬ ਕਰਕੇ ਰੱਖੋ ਹੈ ਨਾ ਅਤੇ ਵੇਹਦੇ ਵੇਹਦੇ ਲਾਈਕ ਕਰਦੇ ਕਿਉਂ ਲਾਈਕ ਕਰਨਾ ਕਿੰਨਾ ਟਾਈਮ ਲੱਗਦਾ ਕਦੇ ਅਤੇ ਕਮੈਂਟ ਕਰਨ ਦਾ ਮੇਨ ਤੁਹਾਨੂੰ ਕਾਰਨ ਇਹੋ ਦੱਸਿਆ ਕਿ ਕੁਛ ਨਾ ਕੁਛ ਉਹਦੇ 'ਚ ਮੈਨੂੰ ਸਿੱਖਣ ਨੂੰ ਮਿਲ ਜਾਂਦਾ ਤੁਸੀਂ ਆਪਣੇ ਵਿਚਾਰ ਪੇਸ਼ ਕਰਨੇ ਹੁੰਦੇ ਆ ਹੈ ਨਾ ਸਾਡੇ ਬੰਦੇ ਦੀ ਆਪਣੀ ਸੋਚ ਹੁੰਦੀ ਹੈ ਠੀਕ ਹੈ ਹਾਂ ਸੱਜੀ ਉਹ ਸੌਂ ਜਾਓ ਭਰਾ ਇੱਕ ਦੇ ਸੌਣ ਲੈਂਦੇ ਨਹੀਂ ਵੀਰ ਜੀ ਉਹੀ ਪੜ ਜਾਂਦੇ ਬਾਰਾਂ ਵਜੇ ਦਾ ਮੈਂ ਕੱਲ ਮੈਂ ਤੇ ਤੂੰ ਉੱਠ ਪਿਆ ਠੀਕ ਹੈ ਨਹੀਂ ਮੈਂ ਵੀਰ ਜੀ ਨਹੀਂ ਕੱਲ੍ਹ ਮੈਂ ਤੇ ਤੂੰ ਉੱਠ ਪਿਆ ਠੀਕ ਹੈ ਨਹੀਂ ਆਪਾਂ ਫੜਨੀ ਗੱਡੀ ਆਪਾਂ ਜੋ ਆਪਣੇ ਪਲੇਟਫਾਰਮ ਜਾਣਾ ਕੋਈ ਨਹੀਂ ਸਫਾਈ ਭਰਾ ਕਰ ਲੂੰ ਮੈਂ ਕੋਈ ਗੱਲ ਨਹੀ
ठीक है। अरे यार।